ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਨ ਗੁਰ ਪ੍ਰਸਾਦ ਜਪ ਆਦਿ ਸੱਚੇ ਜੁਗਾਦ ਸੱਚੇ ਹੈ ਵੀ ਸੱਚ ਨਾਨਕ ਉਸੀ ਵੀ ਸੱਚ ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤ ਸਭ ਜੀਓ ਧਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤ ਸਭ ਜੀਓ ਧਨ ਧਨ ਸਤਿਗੁਰ ਬਾਲਕ ਸਿੰਘ ਸਾਹਿਬ ਸੱਚੇ ਪਾਤ ਸਭ ਜੀਓ ਨਮਸਕਾਰ ਕਈ ਕੋਟ ਬਾਰ ਪਲ ਪਲ ਵਿੱਚ ਹੱਥ ਜੋੜ ਗੁਰਬਾਲਕ ਸਿੰਘ ਸੰਗਤਾ ਗੁਰੂ ਸਭਨਾ ਦੇ ਸਿਰ ਮੋਰ ਸਤਿਗੁਰ ਆਪ ਨਰੈਣ ਜੀ ਤੁਸਾ ਰੱਖਣੀ ਸਭ ਦੀ ਲਾਜ ਸਤਿਗੁਰ ਸਾਧੂ ਰਾਮ ਜੀ ਸਭਨਾ ਦੇ ਸਿਰ ਤਾਜ ਸਭ ਪੈਦਾਇਸ਼ ਆਪ ਦੀ ਕਈਆਂ ਮਨ ਕਈ ਜਾਣ ਸਭਨਾ ਦੇ ਸਿਰ ਇੱਕ ਤੂੰ ਮੇਰਾ ਸਾਹਿਬ ਸੱਚ ਭਗਵਾਨ ਮਨ ਸਾਚਾ ਮੁਖ ਸਾਚਾ ਸੋਏ ਸਾਚਾ ਤੇਰਾ ਨਾਮ ਜੀ ਨਿਰਭਉ ਤੇ ਨਿਰਵੈਰ ਹੈ ਮੇਰੇ ਸਤਿਗੁਰ ਸੇਵਾ ਰਾਮ ਸਤਿਗੁਰ ਸੇਵਾ ਰਾਮ ਜੀ ਸਾਡੇ ਅੰਗ ਸੰਗ ਹੋਏ ਸਹਾਏ ਸੱਸਾ ਸਰਨ ਪਰੇ ਅਬਹਾਰੇ ਸਾਸਤ ਸਿਮਰਤ ਬੇਦ ਪੁਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਨ ਹਰੇ ਤੁਮ ਸਮਰਥ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਨਾਨਕ ਤੁਮਰੇ ਬਾਲ ਗੋਪਾਲਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਅਸੀਂ ਸਾਰੇ ਹੀ ਰੋਜ਼ ਪੜ੍ਹਨੇ ਹਾਂ ਸੁਣਨੇ ਹਾਂ ਔਰ ਬਾਣੀ ਦਾ ਇੱਕ ਇੱਕ ਅੱਖਰ ਸਾਨੂੰ ਕੁਝ ਸਮਝਾਉਂਦਾ ਹੈ ਕੁਝ ਸੰਕੇਤ ਦਿੰਦਾ ਹੈ
ਅੱਜ ਅਸੀਂ ਸਰਵਣ ਕਰਾਂਗੇ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚੋਂ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ। ਜਿਸ ਮਾਲਕ ਨੇ ਸਾਨੂੰ ਸਭ ਕੁਛ ਦਿੱਤਾ ਹੈ ਪਰ ਫਿਰ ਵੀ ਸਾਡੇ ਉਲਾਂਭੇ। ਹੁਣੀ ਬੱਚਾ ਕਥਾ ਵਿੱਚ ਕਹਿ ਰਿਹਾ ਸੀ ਨਾ, ਇਹ ਸਾਰੇ ਪੁਚੰਗੀ ਜੱਥੇ ਆਪਣਾ ਬਚਪਨ ਯਾਦ ਕਰੋ। ਅੱਜ ਬੜੀ ਕਿਰਪਾ ਹੈ ਬੱਚਿਆਂ 'ਤੇ, ਜੇ ਅਸੀਂ ਆਪਣਾ ਬਚਪਨ ਯਾਦ ਕਰੀਏ ਤਾਂ ਪਤਾ ਹੀ ਨਹੀਂ ਕਿੱਥੇ ਬੀਤਿਆ ਹੈ। ਅੱਜ ਕਿਤਨੀ ਕਿਰਪਾ ਹੈ, ਇਹ ਸਭ ਸੰਤ ਮਾਤਾ ਜੀ ਦੀ ਬਖਸ਼ਿਸ਼ਾਂ ਰਹਿਮਤਾਂ। ਕਿਸ ਤਰ੍ਹਾਂ ਬੱਚਿਆਂ ਨੇ ਹਾਜ਼ਰੀਆਂ ਭਰੀਆਂ। ਦਾਸ ਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਸਤਿਗੁਰ ਭਗਵਾਨ ਦਾਸ ਜੀ ਵੇਲੇ ਅੰਮ੍ਰਿਤਸਰ ਤੋਂ ਰਾਗੀ ਜੱਥਾ ਆਉਣਾ ਸੀ ਅਤੇ ਇਹ ਸਾਰੇ ਪੁਚੰਗੀ ਜੱਥੇ ਜਿਸ ਵਿੱਚ ਸਰਦਾਰ ਸਿੰਘ ਜੀ ਵੀ ਸਨ, ਰਾਗਾ ਜੀ, ਗੋਬਿੰਦ ਰਾਮ ਜੀ, ਬਤਰਾ, ਇਹ ਸਭ ਜਿਤਨੇ ਸਨ ਅਤੇ ਕਹਿੰਦੇ ਨੇ ਮਹਾਰਾਜ ਜੀ ਐਡਾ ਵੱਡਾ ਰਾਗੀ ਜੱਥਾ ਆ ਰਿਹਾ ਹੈ ਅਤੇ ਸੰਤ ਕੀਰਤਨ ਕਰਨਾ ਵੀ ਨਹੀਂ ਆਉਂਦਾ। ਅਤੇ ਸਤਿਗੁਰੂ ਭਗਵਾਨ ਦਾਸ ਜੀ ਕਹਿਣ ਲੱਗੇ, ਤੁਹਾਡੇ 'ਤੇ ਸਤਿਗੁਰੂ ਸੰਗਤਾਂ ਦੀ ਕਿਰਪਾ ਹੈ, ਪਹਿਲੇ ਤੁਸੀਂ ਹਾਜ਼ਰੀਆਂ ਭਰਨੀਆਂ, ਫਿਰ ਜਿਹੜਾ ਰਾਗੀ ਜੱਥਾ ਬਾਹਰੋਂ ਆਇਆ ਹੈ ਉਹ ਹਾਜ਼ਰੀ ਭਰੇਗਾ, ਤੁਸੀਂ ਚਿੰਤਾ ਨਾ ਕਰੋ। ਉਹ ਅਸੀਂ ਸਾਖੀਆਂ 'ਚ ਸੁਣਿਆ ਹੈ, ਉਹਨਾਂ ਬੱਚਿਆਂ ਨੇ ਜਦੋਂ ਕੀਰਤਨ ਕੀਤਾ ਸਾਰੇ ਛੋਟੇ ਛੋਟੇ ਸਨ ਅਤੇ ਉਹ ਰਾਗੀ ਜੱਥਾ ਵੀ ਕਹਿੰਦਾ ਮਹਾਰਾਜ ਜੀ ਤੁਹਾਡੇ ਇਹਨਾਂ ਬੱਚਿਆਂ 'ਤੇ ਬੜੀ ਕਿਰਪਾ ਹੈ। ਜਿਹੜੇ ਬੱਚੇ ਮੇਰੇ ਕੋਲ ਪਹਿਲੇ ਹਾਜ਼ਰੀਆਂ ਉਹ ਜੱਥਾ ਆ ਕੇ ਕਹਿੰਦਾ ਮਹਾਰਾਜ ਜੀ ਨੂੰ ਅਤੇ ਉਹ ਸਮਾਂ ਕਿ ਇਹ ਪੁਚੰਗੀ ਜੱਥੇ ਜਿਸ ਪਿਆਰ ਵਿੱਚ ਇਹ ਸਾਰੇ ਪੜ ਰਹੇ ਸਨ, ਕਿਉਂਕਿ ਇਹ ਉਮਰ ਹੁੰਦੀ ਹੈ ਜਿਸ ਵਿੱਚ ਚਲਾਕੀਆਂ ਨਹੀਂ ਆਉਂਦੀਆਂ। ਬੱਚਾ ਭਗਵਾਨ ਦਾ ਰੂਪ ਕਿਉਂ ਕਿਹਾ ਜਾਂਦਾ? ਜਿਉਂ ਜਿਉਂ ਅਸੀਂ ਵੱਡੇ ਹੁੰਦੇ ਹਾਂ ਫਿਰ ਸਾਡੇ ਚਤੁਰਾਈਆਂ ਚਲਾਕੀਆਂ ਆ ਜਾਂਦੀਆਂ ਹਨ। ਇਹ ਜਿਸ ਪਿਆਰ ਦੇ ਨਾਲ ਗੁਰੂ ਮਹਾਰਾਜ ਦੀ ਬਾਣੀ ਪੜ ਰਹੇ ਸਨ ਔਰ ਸਤਿਗੁਰਾਂ ਨੂੰ ਨਾ ਰਾਗ ਨਾ ਸਾਜ, ਉਹਨਾਂ ਨੂੰ ਪਿਆਰ ਚਾਹੀਦਾ ਹੈ। ਕਿਸੇ ਕਵੀ ਨੇ ਆ ਕੇ ਜਿਸ ਦੇ ਕੱਪੜੇ ਵੀ ਪਾਟੇ ਹੋਏ ਸਨ, ਮਹਿਲੇ ਕੁਚੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕਹਿੰਦੇ ਮਹਾਰਾਜ ਜੀ ਮੈਂ ਕਵਿਤਾ ਪੜ੍ਹਨੀ ਹੈ। ਕਹਿਣ ਲੱਗੇ ਆਓ ਜੀ। ਉਹ ਜਿੱਥੇ ਵੱਡੇ ਵੱਡੇ 52 ਕਵੀ ਬੈਠੇ ਸਨ, ਗਿਆਨੀ ਧਿਆਨੀ, ਅਤੇ ਸਾਰੀ ਸੰਗਤ ਵੇਖਣ ਲੱਗੀ ਵੀ ਇਹ ਕੀ ਪੜ੍ਹੇਗਾ। ਪਰ ਪਰਮੇਸ਼ਰ ਉਹ ਪਿਆਰ ਵੇਖਦਾ ਹੈ। ਜਦੋਂ ਉਸਨੇ ਕਵਿਤਾ ਪੜ੍ਹੀ ਤਾਂ ਉਸ ਵਿੱਚ ਐਸੇ ਦੋ ਬੋਲ ਬੋਲੇ ਕਿ ਸਾਹਿਬ ਮਹਾਰਾਜ ਜੀ ਖਜ਼ਾਨਚੀ ਨੂੰ ਕਹਿੰਦੇ ਹਨ ਜਿਤਨੇ ਖਜ਼ਾਨੇ 'ਚ ਮਾਇਆ ਪਈ ਹੈ ਸਾਰੀ ਲਿਆ ਕੇ ਇਸ ਨੂੰ ਦੇ ਦਿਓ। ਉਹ ਵੇਖ ਕੇ ਹੈਰਾਨ ਸੰਗਤ, ਕਿਉਂਕਿ ਗੁਰੂ ਮਹਾਰਾਜ ਕਿਸ 'ਤੇ ਪ੍ਰਸੰਨ ਹੋ ਜਾਏ, ਇਹ ਬੱਚੇ ਜਿਹੜੇ ਮਿਹਨਤ ਕਰ ਰਹੇ ਹਨ, ਜਿਹੜੀਆਂ ਹਾਜ਼ਰੀਆਂ ਭਰ ਰਹੀਆਂ ਹਨ, ਇਹ ਜਿਹੜਾ ਪਿਆਰ ਲੈ ਕੇ ਆਉਂਦੇ ਹਨ, ਮਨ 'ਚ ਉਡੀਕਦੇ ਹਨ ਕਿ ਅਸੀਂ ਜਾਵਾਂਗੇ ਹਾਜ਼ਰੀ, ਗੁਰੂ ਮਹਾਰਾਜ ਦੀ ਪ੍ਰਸੰਨਤਾ ਜਿਹੜਾ ਲੈ ਲਵੇ। ਅਤੇ ਉਸ ਕਵੀ ਨੂੰ ਕਹਿੰਦੇ ਹਨ ਮਹਾਰਾਜ ਜੀ ਨੇ ਇਤਨੀ ਮਾਇਆ ਦਿੱਤੀ, ਉਹ ਮਾਲਕ ਜਾਣੇ ਪ੍ਰਸੰਨ ਹੋ ਗਏ ਅਤੇ ਕਹਿੰਦੇ ਨੇ ਹੁਣ ਇਸਨੂੰ ਹਾਥੀ 'ਤੇ ਬਿਠਾ ਕੇ ਸਾਰੀ ਮਾਇਆ ਅਤੇ ਨਾਲ ਇਸਨੂੰ ਪਿੰਡ ਤੱਕ ਛੋੜ ਕੇ ਆਓ।
ਅਤੇ ਉਹ ਕਵੀ ਵੀ ਸੋਚਦਾ ਹੈ ਕਿ ਮੈਂ ਇਤਨਾ ਗਰੀਬ ਪਾਟੇ ਕੱਪੜੇ ਅਤੇ ਇੱਥੇ ਮਾਲਕ ਦੇ ਦਰ 'ਤੇ ਇਤਨੀਆਂ ਵਡਿਆਈਆਂ ਅਤੇ ਇਹ ਉਹ ਦਰ ਹੈ ਪਿਆਰੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਹ ਸਾਡਾ ਪਿਆਰ ਵੇਖਦਾ ਹੈ ਚਾਹੇ ਪੜ੍ਹੋ ਚਾਹੇ ਸੁਣੋ ਚਾਹੇ ਗਾਓ ਹਰ ਚੀਜ਼ 'ਚ ਪਿਆਰ ਹੋਣਾ ਚਾਹੀਦਾ ਭਾਵਨਾ ਹੋਣੀ ਚਾਹੀਦੀ ਹੈ ਅੱਜ ਅਸੀਂ ਇਸ ਸਬਜੈਕਟ 'ਤੇ ਕੀਰਤਨ ਕਰਾਂਗੇ ਕਿ ਜਿਹੜੇ ਅਸੀਂ ਭੁੱਲੇ ਪਏ ਹਾਂ ਜਿਸ ਮਾਲਕ ਨੇ ਉਸ ਬੱਚੇ ਨੇ ਕਿਹਾ ਨਾ ਕਾਰ 'ਚ ਸਾਡੇ ਕਿਤਨੀਆਂ ਚੀਜ਼ਾਂ ਪਈਆਂ ਹੋਣ ਕਿਤਨੇ ਸੁੱਖ ਹੋਣ ਪਰ ਸਾਡਾ ਉਲਾਂਭਾ ਸਾਡਾ ਧਿਆਨ ਉਸ ਵੱਲ ਆਉਂਦਾ ਜਿਹੜੀ ਚੀਜ਼ ਨਹੀਂ ਮਿਲੀ ਆਉਂਦੀ ਜਿਹੜੀ ਚੀਜ਼ ਨਹੀਂ ਮਿਲੀ ਆਉਂਦੀ ਨਾ ਸਾਡਾ ਧਿਆਨ ਉਸ ਵੱਲ ਆਉਂਦਾ ਕਿ ਮੈਨੂੰ ਇਹ ਚੀਜ਼ ਨਹੀਂ ਮਿਲੀ ਅਤੇ ਸੱਚੇ ਪਾਤਸ਼ਾਹ ਜੀ ਬਾਣੀ 'ਚ ਕਹਿੰਦੇ ਨੇ ਪੜ੍ਹਦੇ ਹੋ ਤੁਸੀਂ ਰੋਜ਼ ਦਸ ਵਸਤੂ ਲੈ ਪਾਛੇ ਪਾਵੇ ਏਕ ਵੀ ਕਾਰਨ ਖੋਟ ਗਵਾਵੇ ਜਿਹੜੀ ਇੱਕ ਨਹੀਂ ਦਿੱਤੀ ਸਤਿਗੁਰਾਂ ਨੇ ਸਾਨੂੰ ਉਸੀ ਦਾ ਹੀ ਉਲਾਂਭਾ ਰਹਿੰਦਾ ਉਸੀ ਦਾ ਹੀ ਸਾਨੂੰ ਸ਼ਿਕਾਇਤ ਰਹਿੰਦੀ ਹੈ ਮੈਂ ਇਤਨੇ ਭਜਨ ਕੀਤੇ ਚੱਲੀਏ ਕੀਤੇ ਮੈਨੂੰ ਇਹ ਚੀਜ਼ ਨਹੀਂ ਮਿਲੀ ਪਰ ਸੱਚੇ ਪਾਤਸ਼ਾਹ ਜੀ ਚੇਤਾਵਨੀ ਦਿੰਦੇ ਹਨ ਕਿਉਂ ਸਦਾ ਸਾਨੂੰ ਸ਼ੁਕਰਾਨੇ 'ਚ ਰਹਿਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਸਾਨੂੰ ਸਤਿਗੁਰਾਂ ਨੇ ਦਿੱਤੀਆਂ ਉਸ ਵੱਲ ਸਾਡਾ ਧਿਆਨ ਹੀ ਨਹੀਂ ਆਉਂਦਾ ਕਹਿੰਦੇ ਨੇ ਭਗਤੀ 'ਚ ਵੇਖਣਾ ਹੋਵੇ ਨਾ ਤਾਂ ਆਪਣੇ ਕੋਲੋਂ ਉੱਚੇ ਨੂੰ ਵੇਖਿਆ ਕਰੋ ਅਸੀਂ ਕੀ ਕਰਦੇ ਹਾਂ ਅਸੀਂ ਪੈਸੇ ਵਾਲਿਆਂ 'ਚ ਵੇਖਦੇ ਹਾਂ ਇਹ ਮੇਰੇ ਕੋਲ ਬੜਾ ਵੱਡਾ ਪੈਸੇ ਵਾਲਾ ਹੈ ਕਹਿੰਦੇ ਨੇ ਭਗਤੀ 'ਚ ਵੇਖਣਾ ਤਾਂ ਆਪਣੇ ਕੋਲ ਉੱਚੇ ਵੇਖੋ ਮੇਰੇ ਕੋਲ ਇਤਨੀ ਉੱਚੀ ਭਗਤੀ ਕਰਦਾ ਇਤਨਾ ਸਿਮਰਨ ਕਰਦਾ ਹੈ ਰੀਸਾਂ ਕਰਨੀਆਂ ਅਤੇ ਨਾਮ ਜਪਣ ਵਾਲਿਆਂ ਦੀ ਕਰੋ ਪਰ ਅਸੀਂ ਮਾਇਆ ਵਾਲਿਆਂ ਦੀ ਕਰਨੇ ਹਾਂ ਅਤੇ ਸ਼ੁਕਰਾਨਾ ਹਰ ਵਕਤ ਜੋ ਮਾਲਕ ਨੇ ਦਿੱਤਾ ਹੈ ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਏਕ ਵੀ ਨਾ ਦੇ ਜਿਹੜੀ ਤੂੰ ਮੰਗ ਰਿਹਾ ਤੈਨੂੰ ਮਾਲਕ ਉਹ ਵੀ ਨਾ ਦੇਵੇ ਅਤੇ ਜਿਹੜੀ ਤੇਰੇ ਘਰ ਆਵਣ ਉਹ ਵੀ ਲੈ ਲਵੇ ਏਕ ਵੀ ਨਾ ਦੇ ਦਸ ਵੀ ਹਿਰਲੇ ਤੋ ਮੂੜਾ ਕਿਉਂ ਕਾਂ ਕਰੇ ਤੂੰ ਕੀ ਕਰ ਲਏਗਾ ਅਸੀਂ ਕੀ ਵਿਗਾੜ ਲਵਾਂਗੇ ਸਤਿਗੁਰਾਂ ਦਾ ਕਿਉਂਕਿ ਇੱਥੇ ਅਰਦਾਸ ਚੱਲਦੀ ਹੈ ਇੱਥੇ ਬੇਨਤੀ ਚੱਲਦੀ ਹੈ ਇੱਥੇ ਹੁਕਮ ਨਹੀਂ ਚੱਲਦਾ ਗੁਰੂ ਦਰ ਦੇ ਦਰ 'ਤੇ ਆ ਕੇ ਆਖਣਾ ਨਾ ਅਰਦਾਸ ਔਰ ਕਿਸ ਗੱਲ 'ਚ ਸੁੱਖ ਹੈ ਉਹ ਮਾਲਕ ਜਾਣਦਾ ਹੈ ਬੱਚੇ ਨੂੰ ਕੀ ਦੇਣਾ ਹੈ ਅੱਜ ਬੱਚਿਆਂ ਨੇ ਜਿਸ ਪਿਆਰ ਨਾਲ ਹਾਜ਼ਰੀਆਂ ਭਰੀਆਂ ਕਿਉਂਕਿ ਸ਼ਬਦ 'ਚ ਸੱਚੇ ਪਾਤਸ਼ਾਹ ਜੀ ਬਹੁਤ ਕੁਛ ਸਾਨੂੰ ਸਮਝਾਉਣਗੇ ਆਓ ਬੜੇ ਹੀ ਸਰਲ ਸ਼ਬਦ ਹੈ ਆਓ ਪੜ੍ਹੀਏ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ 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 ਪੜੋ ਸਾਰੇ ਸੋ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰੈ ਜ
ਜਿਨ ਸਭ ਕਿਛ ਦਿਆ ਸੋ ਕਿਉਂ ਵਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਵਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਨੈ ਸੋ ਕਿਉਂ ਵਿਸਰੈ ਜਾਨੇ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆ 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 ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਵਿਸਰੈ ਸਭ ਕਿਛ ਦਿਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
ਗੁਰ ਪ੍ਰਸਾਦ ਕੋ ਬਿਰ ਨਾ ਲਖੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਬਿਖਤੇ ਕਾਡੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਡੈ ਜਨਮ ਜਨਮ ਕਾ ਟੂਟਾ ਗਾਂਡੈ ਜਨਮ ਜਨਮ ਕਾ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਗੁਰਪੂਰੇ ਤਤ ਇਹ ਬੁਝਾਇਆ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਜਨਕ ਜਨਕ ਆਇਆ ਪ੍ਰਭ ਆਪਣਾ ਨਾਨਕ ਜਨ ਪਿਆਇਆ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਸੋ ਕਿਉਂ ਬਿਸਰੈ ਕੀਆ ਜਾਣੈ
ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੀਵਨ ਜੀਆ ਕਲ ਯੁਗ ਮੈਂ ਰਾਮ ਨਾਮ ਉਰਤਾਰ ਬਿਨ ਨਾਵੇਂ ਮਾਥੇ ਪਾਵੇ ਛਾਰ ਰਾਮ ਨਾਮ ਦੁਰਲਭ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਸੋ ਕਿਉਂ ਵਿਸਰੈ ਸੋ ਉਲਾਂਬੇ ਦਿਨੇ ਕੇ ਰਾਤੀ ਮਿਲਨ ਸਹੰਸ ਜਿਹੜਾ ਆਪਣੇ ਮਾਲਕ ਨੂੰ ਵਿਸਾਰਿਆ ਹੋਇਆ ਦਿਨ ਵਿੱਚ ਉਸਦੇ ਸੌ ਉਲਾਂਬੇ ਪਾਓ ਸੌ ਉਸਤੇ ਉਲਾਂਬੇ ਦੇਣੇ ਪਰ ਰਾਤੀ ਇਹ ਹੀ ਉਲਾਂਬੇ ਹਜ਼ਾਰਾਂ ਹੋ ਜਾਂਦੇ ਹਨ ਜਿਹੜਾ ਅੰਮ੍ਰਿਤ ਵੇਲੇ ਵੀ ਸੁੱਤਾ ਰਹਿੰਦਾ ਹੈ ਇਹ ਹੀ ਹਜ਼ਾਰ ਵਿੱਚ ਪਹੁੰਚ ਜਾਂਦੀਆਂ ਹਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਪਣੇ ਮਾਲਕ ਦੀਆਂ ਸਿਫਤ ਸਲਾਹਾਂ ਛੱਡ ਕੇ ਅਤੇ ਜਿਹੜਾ ਗਾਫਲ ਹੋ ਕੇ ਨੀਂਦ ਵਿੱਚ ਸੁੱਤਾ ਪਿਆ ਹੈ ਸਾਹਿਬ ਜੀ ਕਹਿੰਦੇ ਨੇ ਸੌ ਉਲਾਂਬੇ ਦਿਨੇ ਕੇ ਰਾਤੀ ਮਿਲਨ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਇਹ ਹੰਸਾ ਵਰਗਾ ਜੀਵਨ ਮਿਲਿਆ ਫਿਰ ਵੀ ਤੂੰ ਮੱਛੀ ਦੇ ਡੱਡੂਆਂ ਖਾ ਰਿਹਾ ਹੈ ਬਗਲੇ ਦੀ ਤਰ੍ਹਾਂ ਐਸੇ ਜੀਵਨੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਤ੍ਰਿਗਾਕਾਰ ਹੈ ਫਿੱਟ ਇਵੇ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜੰਪੁਰ ਬਦੇ ਮਾਰੀਐ ਜਿਉਂ ਸੰਨੀ ਉਪਰ ਚੋਰ ਜਿਹੜੇ ਨਾਮ ਨਹੀਂ ਜਪਦੇ ਨਾ ਉਹ ਗੁਰੂ ਘਰ ਦੇ ਚੋਰ ਹਨ ਨਾਮ ਦੁਰਾਏ ਚਲੇ ਸੋ ਚੋਰ ਕੋਟ ਬਿਗਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉਂ ਸੁੰਝੇ ਕਰ ਕਾਉ ਸੋ ਕਿਉਂ ਵਿਸਰੈ ਜਿਨ ਜੀਵਨ ਜੀਆ ਮਨ ਕਹਾਂ ਵਿਸਾਰਿਓ ਰਾਮ ਨਾਮ ਮਨ ਕਹਾਂ ਵਿਸਾਰਿਓ ਰਾਮ ਨਾਮ ਤਨ ਬਿਨ ਸੇ ਜਮ ਸਿਓ ਪਰੇ ਕਾਮ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਹ ਜਗ ਧੂਏ ਕਾ ਪਹਾੜ
ਤੈਂ ਸਾਚਾ ਮਾਨਿਆ ਕੈ ਵਿਚਾਰ। ਧਨ ਤਾਰਾ ਸੰਪਤ ਗ੍ਰਹਿ ਕਛ ਸੰਗ ਨ ਚਾਲੇ ਸਮਝ ਲਿਓ। ਇੱਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਭਜ ਤੈਂ ਏਕ ਰੰਗ। ਭਈ ਪਰਾਪਤ ਮਾਨੁਖ ਦੇ ਹੁਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤਨ ਤਨ ਸਤਿਗੁਰ ਸੇਵਾ ਰਾਮ ਜੀ। ਤਨ ਤਨ ਸਤਿਗੁਰ ਸੇਵਾ ਰਾਮ ਜੀ। ਤਨ ਤਨ ਸਤਿਗੁਰ ਸੇਵਾ ਰਾਮ। ਤਨ ਤਨ ਸਤਿਗੁਰ ਸੇਵਾ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਕੇਵਲ ਨਾਮ ਕੇਵਲ ਨਾਮ ਕੇਵਲ ਨਾਮ। ਮਿਲ ਸਾਧ ਸੰਗਤ ਭਜ 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 ਕੇਵਲ ਨਾਮ। ਰਾਮ ਨਾਮ ਗੁਣ ਗਾਇ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ। ਹਰ ਸਿਮਰਤ ਜਮ ਕਛ ਨਾ ਕਹੇ ਤੇਰੇ ਕਾਜ ਨਾ ਗ੍ਰਹਿ ਰਾਜਮਾਲ। ਤੇਰੇ ਕਾਜ ਨਾ ਵਿਖੇ ਜੰਜਾਲ। ਇਸ਼ਟ ਮੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰੇ ਚਲੇ। ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੌਤ ਸਫਲ ਹੈ। ਮੇਰੀ ਜਿੰਦੜੀ ਜਿਤ ਹਰ ਮੇਰਾ ਚਿਤ ਆਵੇ ਰਾਮ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ। ਹਰ ਜਪਦਿਆਂ ਖਿਨ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ। ਹਰ ਜਪਦਿਆਂ ਖਿਲ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ। ਮਤ ਕੇ ਜਾਪੇ ਸਾਉ ਆਵੇ ਕਿ ਨਾ ਆਵੇ ਰਾਮ। ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ। ਜਮ ਕੰਕੜ ਨੇੜੇ ਨਾ ਸਾਧ ਸੰਗਤ ਭਜ ਕੇਵਲ ਨਾਮ। ਮਿਲ ਸਾਧ ਸੰਗਤ ਭਜ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਇੱਕ ਨਾਮ ਬੋਵੋ ਬੋਵੋ। ਇੱਕ ਨਾਮ ਬੋਵੋ ਬੋਵੋ। ਇੱਕ ਨਾਮ ਬੋਵੋ।
ਪਰਮ ਫੂਲੋਂ ਰੁੱਤ ਨਾਹੀ ਨਾਹੀ ਮਤ ਪਰਮ ਫੂਲੋਂ ਸਾਧ ਸੰਗਤ ਪਜ ਕੇਵਲ ਨਾਮ ਸਾਧ ਸੰਗਤ ਪਜ ਕੇਵਲ ਨਾਮ ਸਾਧ ਸੰਗਤ ਪਜ ਕੇਵਲ ਨਾਮ ਨਾਮ ਬਿਨਾ ਦੁੱਖ ਪਾਵੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਨਾਮ ਬਿਨਾ ਦੁੱਖ ਪਾਵੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸੈਸਾਨ ਚੁਕੇ ਗੁਰ ਦੇ ਉਪੇਦ ਬਤਾਵੇ ਭਗਤ ਗੁਰ ਇਹ ਭੇਦ ਬਤਾਵੇ ਸਾਧ ਸੰਗਤ ਪਜ ਕੇਵਲ ਨਾਮ 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 ਜਹ ਮਾਤ ਪਿਤਾ ਸੁਤ ਮੀਤ ਨ ਪਾਈ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਾਤ ਪਿਤਾ ਸੁਤ ਮੀਤ ਨ ਪਾਈ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਕੇਵਲ ਨਾਮ ਤੇਰੇ ਸੰਗ ਚਾਲੇ 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 ਦਮ ਦਮ ਸਦਾ ਸੰਭਾਲਦਾ ਦਮ ਦਮ ਸਦਾ ਸੰਭਾਲਦਾ ਦਮ ਦਮ ਜਾਏ ਮਿਲ ਸਾਧ ਸੰਗਤ ਭਜ ਕੇਵਲ ਨਾ 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 ਤੁਰ ਖਸਮੇ ਕਾ ਹੁਕਮ ਪਿਆ ਤੁਰ ਖਸਮੇ ਕਾ ਹੁਕਮ ਪਿਆ ਤੁਰ ਖਸਮੇ ਕਾ ਹੁਕਮ ਪਿਆ ਤੁਰ ਖਸਮੇ ਕਾ ਹੁਕਮ ਵਿਣ ਸਤਿਗੁਰ ਚੇਤਿਆਂ ਨ ਜਾਏ ਵਿਣ ਸਤਿਗੁਰ ਚੇਤਿਆਂ ਨ ਜਾਏ ਵਿਣ ਸਤਿਗੁਰ ਚੇਤਿਆਂ ਨ ਜਾਏ ਸਤਿਗੁਰ ਮਿਲੀਏ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ ਸਤਿਗੁਰ ਮਿਲੀ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ ਜਨਮ ਮਰਨ ਕਾ ਪਉ ਗਿਆ ਜੀਵਨ ਪਦਵੀ ਪਾਏ ਜਨਮ ਮਰਨ ਕਾ
ਪਾਉ ਗਿਆ ਜੀਵਨ ਪਦਵੀ ਪਾਏ ਨਾਨਕ ਏ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਮਿਲ ਸਾਧ ਸੰਗਤ ਭਜ ਕੇਵਲ ਨਾ 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 ਉਠਤ ਬੈਠਤ ਸੋਵਤ ਧਿਆਈਐ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਮਾਰਗ ਚਲੈ ਸਰਵਨ ਸੁਨੀ ਜੈ ਅੰਮ੍ਰਿਤ ਕਥਾ ਸਰਵਨ ਸੁਨੀ ਜੈ ਅੰਮ੍ਰਿਤ ਕਥਾ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਕੇਵਲ ਸਾਧ ਸੰਗਤ ਭਜ ਕੇਵਲ ਨਾ ਸਾਧ ਸੰਗਤ ਭਜ ਕੇਵਲ ਨਾ ਸਾਧ ਸੰਗਤ ਭਜ ਕੇਵਲ ਨਾ ਅਵਰ ਕਾਜ ਤੇਰੇ ਕਿਤੇ ਨਕਾਂ 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 ਕਾਰਜ ਕਾਮ ਬਾਟ ਘਾਟ ਜਪੀ ਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀ ਜੈ ਦਿਨਸ ਰੈਨ ਹਰ ਕੀਰਤਨ ਗਾਈਐ 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 ਸੋ ਜਨ ਜਮ ਕੀ ਵਾਟ ਨ ਪਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਸੋਜਨ ਜਮ ਕੀ ਵਾਟ ਨ ਪਾਈ ਆਠ ਪਹਿਰ ਜਿਸ ਵਿਸਰੇ ਨਾਹੀ ਆਠ ਪਹਿਰ ਵਿਸਰੇ ਨਾਹੀ ਆਠ ਪਹਿਰ ਜਿਸ ਵਿਸਰੇ ਨਾਹੀ ਆਠ ਪਹਿਰ ਵਿਸਰੇ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਏ ਗਤ ਹੋਵੇ ਨਾਨਕ ਇਸ ਲਗ ਪਾਏ ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰੇ ਜਿਨ ਜੀਵਨ ਦੀਆ ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ
ਸੋ ਕਿਉਂ ਵਿਸਰੇ ਜੇ ਜੀਵਨ ਜੀਆ ਜੇ ਜੀਵਨ ਜੀਆ ਜਿਨ੍ਹਾਂ ਦਾ ਧਿਆਨ ਬਾਣੀ ਵੱਲ ਸੀ ਉਹਨਾਂ ਨੇ ਇੱਕ ਇੱਕ ਅੱਖਰ ਨੂੰ ਸਮਝਿਆ। ਅੱਜ ਦੁੱਖ ਹੀ ਸਭ ਤੋਂ ਵੱਡਾ ਇਸ ਗੱਲ ਦਾ ਹੈ ਕਿ ਅਸੀਂ ਸਭ ਕੁਝ ਭੁੱਲੇ ਪਏ ਹਾਂ। ਸਾਨੂੰ ਸਭ ਕੁਝ ਯਾਦ ਹੈ, ਬਈ ਤੇਰੇ ਕਿਤਨੇ ਪੁੱਤਰ ਹਨ? ਦੋ ਹਨ। ਕੋਈ ਭੁੱਲ ਸਕਦਾ ਹੈ? ਬਈ ਤੇਰੀ ਕਿਤਨੀ ਜਾਇਦਾਦ ਹੈ? ਹਾਂ, ਮੇਰੀ ਇੱਕ ਉੱਥੇ ਹੈ, ਇੱਕ ਇੱਧਰ ਹੈ, ਕਿੱਧਰ ਹੈ। ਉਸਨੂੰ ਜਾਇਦਾਦ ਵੀ ਯਾਦ ਹੈ, ਪੁੱਤਰ ਵੀ ਯਾਦ ਹਨ, ਉਸਨੂੰ ਆਪਣਾ ਘਰ ਵੀ ਯਾਦ ਹੈ, ਸਭ ਕੁਝ ਯਾਦ ਹੈ। ਸਿਰਫ ਇੱਕੋ ਹੀ ਚੀਜ਼ ਭੁੱਲੇ ਪਏ ਹਾਂ ਅਸੀਂ, ਉਹ ਹੈ ਪਰਮੇਸ਼ਰ ਦਾ ਨਾਮ। ਉਹ ਸਾਰਾ ਦੁੱਖ ਹੀ ਭੁੱਲਣਾ ਉਸਨੂੰ ਜਿਹੜਾ ਹੈ, ਇਹ ਦੁੱਖਾਂ ਦਾ ਕਾਰਨ ਹੈ। ਉਸਨੂੰ ਯਾਦ ਕਰਨਾ ਇਹ ਸੁੱਖਾਂ ਦਾ ਕਾਰਨ ਹੈ। ਯਾਦ ਕਰਦੇ ਰਹੋਗੇ ਤਾਂ ਫਿਰ ਯਾਦ ਨੂੰ ਪੁੱਠਾ ਕਰੋ, ਦਇਆ ਨੂੰ ਅੱਗੇ ਲਿਆਓ ਅਤੇ ਯਾਦ ਦਾ ਪੁੱਠਾ ਦਇਆ ਬਣ ਜਾਂਦਾ ਹੈ। ਉਸ ਮਾਲਕ ਨੂੰ ਦਇਆ ਆ ਜਾਂਦੀ ਹੈ ਕਿ ਹਰ ਵੇਲੇ ਇਤਨੀ ਕਾਲਨਾ ਕਰਦਾ ਹੈ, ਨਾਮ ਜਪਦਾ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਨੇ, ਸੋ ਕਿਉਂ ਵਿਸਰੇ ਜੇ ਕਾਲ ਨਾ ਭਾਨੇ। ਤੇਰੀ ਕੀਤੀ ਮਿਹਨਤ ਮਸ਼ਕਤ ਇਹ ਜੋ ਤੁਸੀਂ ਕਰ ਰਹੇ ਹੋ ਨਾ, ਇਹ ਪਿਆਰਿਓ ਸਭ ਦਰਗਾਹ ਦੇ ਵਿੱਚ ਤੁਹਾਡੇ ਖਾਤੇ ਜਮ੍ਹਾਂ ਹੋ ਰਿਹਾ। ਹੋ ਸਕਦਾ ਹੈ ਦੁਨੀਆਂ ਦੀ ਕੀਤੀ ਹੋਈ ਮਿਹਨਤਾਂ ਬੇਕਾਰ ਚੱਲੀ ਜਾਵਾਂ। ਪਿਤਾ ਇਤਨੀ ਮਿਹਨਤ ਕਰਦਾ ਕਰਦਾ ਹੈ, ਜਾਇਦਾਦਾਂ ਜ਼ਮੀਨਾਂ ਇਕੱਠੇ ਆ ਕਰਦਾ ਹੈ, ਪੁੱਤਰ ਆਉਂਦਾ ਹੈ ਮਿੱਟਾ ਸਭ ਵਿਗਾੜ ਦਿੰਦਾ ਹੈ। ਉਹ ਮਿਹਨਤ ਤੁਹਾਡੀ ਦੁਨਿਆਵੀ ਕੀਤੀ ਹੋਈ ਬੇਕਾਰ ਜਾ ਸਕਦੀ ਹੈ, ਪਾਣੀ ਫੇਰ ਸਕਦਾ ਹੈ ਤੁਹਾਡੀ ਕੀਤੀ 'ਤੇ ਕੋਈ। ਪਰ ਪਿਆਰਿਓ, ਜਿਹੜੀ ਇੱਥੇ ਤੁਸੀਂ ਮਿਹਨਤ ਕਾਲਨਾ ਕਰ ਰਹੇ ਹੋ ਨਾ, ਉਹ ਮੇਰਾ ਸਤਿਗੁਰੂ ਉਹ ਨਹੀਂ ਭੁੱਲਦਾ, ਉਹ ਅਜਾਈ ਨਹੀਂ ਜਾਣ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇ, ਸੋ ਕਿਉਂ ਵਿਸਰੇ ਜੇ ਕਾਲ ਨਾ ਭਾਨੇ। ਤੂੰ ਉਸ ਮਾਲਕ ਨੂੰ ਕਿਉਂ ਵਿਸਾਰਨਾ ਜੋ ਤੇਰੀ ਕੀਤੀ ਇੱਕ ਇੱਕ, ਭਾਵੇਂ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ, ਪਾਰਕਿੰਗ ਦੀ ਇੱਥੇ ਹੈ, ਕੀਰਤਨ ਦੀ, ਜੋ ਵੀ ਸੇਵਾ ਹੋ ਰਹੀ ਹੈ, ਇਹ ਅਜਾਈ ਨਹੀਂ ਜਾ ਰਹੀ। ਸੋ ਕਿਉਂ ਵਿਸਰੇ ਜੇ ਕੀ ਆ ਜਾਣੇ। ਉਹ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ ਮਾਲਕ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸੋ ਕਿਉਂ ਵਿਸਰੇ ਜਿਨ ਸਭ ਕੁਝ ਦਿਆ। ਉਸ ਮਾਲਕ ਨੇ ਤੈਨੂੰ ਸਭ ਕੁਝ ਦਿੱਤਾ ਹੈ, ਜੋ ਦਿੱਤਾ ਹੈ ਉਸਦਾ ਸ਼ੁਕਰਾਨਾ ਕਰ, ਜੋ ਨਹੀਂ ਦਿੱਤਾ ਉਸ ਪਾਸੇ ਸਬਰ ਕਰ, ਭਰੋਸਾ ਰੱਖ, ਕਾਲਾ ਨਾ ਪੈ। ਸੋ ਕਿਉਂ ਵਿਸਰੇ ਜੇ ਅਗਨ ਮੈਂ ਰਾਖੇ। ਜਿਹੜਾ ਮਾਂ ਦੇ ਪੇਟ 'ਚ ਵੀ ਉਹ ਸਾਡੀ ਰੱਖਿਆ ਕਰਦਾ ਹੈ, ਸਾਨੂੰ ਅੱਗ ਤੋਂ ਬਚਾਉਂਦਾ ਹੈ। ਇੱਥੇ ਵੀ ਸਤਿਗੁਰੂ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਇਹ ਬਾਹਰ ਮਾਇਆ ਦੀ ਅੱਗ, ਸਾਰਾ ਸੰਸਾਰ ਜਲ ਰਿਹਾ ਹੈ, ਕਲਯੁਗ ਤਪ ਰਿਹਾ ਹੈ। ਕਲ ਤਾਤੀ ਠਾਂਡਾ ਹਰ ਨਾਉ, ਇੱਕ ਨਾਮ ਹੀ ਐਸੀ ਠੰਡਕ ਹੈ ਜੋ ਇਸ ਕਲਯੁਗ ਸਾਨੂੰ ਤਪੱਸੋਂ ਬਚਾਉਂਦੀ ਹੈ। ਸੋ ਕਿਉਂ ਵਿਸਰੇ ਜੇ ਬਿਖਤੇ ਕਾਢੇ। ਜੋ ਮਾਲਕ ਤੈਨੂੰ ਇਸ ਮਾਇਆ ਰੂਪੀ ਜ਼ਹਿਰ ਤੋਂ ਬਚਾਉਂਦਾ ਹੈ, ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਦਾ।
ਜਿਹੜਾ ਸਤਿਗੁਰੂ ਸਾਨੂੰ ਇਸ ਮਾਇਆ ਦੇ ਜਾਲ ਵਿੱਚੋਂ ਜਮਾਂ ਤੋਂ ਬਚਾਉਂਦਾ, ਫਿਰ ਵੀ ਅਸੀਂ ਇਸ ਨੂੰ ਭੁੱਲੇ ਪਏ ਹਾਂ। ਜਨਮ ਜਨਮ ਕਾ ਟੁੱਟਾ ਗੰਢ ਹੈ, ਜਿਹੜਾ ਵਿਛੜੇ ਹੋਇਆਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਜਿਸ ਨੇ ਇਸ ਗੱਲ ਨੂੰ ਸਮਝ ਲਿਆ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰ ਪੂਰੇ ਤੱਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਾਂਦਾ। ਜਿਸ ਨੇ ਇਹ ਤੱਤ ਇਹ ਅਸਲੀਅਤ ਸਮਝ ਲਿੱਤੀ ਕਿ ਉਸ ਮਾਲਕ ਨੇ ਮੇਰੀ ਮਾਂ ਦੇ ਪੇਟ 'ਚ ਵੀ ਰੱਖਿਆ ਕੀਤੀ, ਇੱਥੇ ਵੀ ਰੱਖਿਆ ਕੀਤੀ, ਉਸਦਾ ਮੈਨੂੰ ਭਜਨ ਕਰਨਾ ਚਾਹੀਦਾ ਹੈ। ਪੂਰੇ ਦਿਨ ਵਿੱਚ ਅਸੀਂ ਪਿਆਰਿਓ ਕਿਤਨੀ ਭਜਨ ਕਰਦੇ ਹਾਂ, ਕਦੀ ਵਿਚਾਰ ਕਿਤਨੀ ਵਾਰ ਆਪਣੇ ਸਾਹਿਬਾਂ ਨੂੰ ਯਾਦ ਕਰਦੇ ਹਾਂ। ਧੰਨ ਹਨ ਉਹ ਗੁਰੂ ਦੇ ਸੇਵਕ ਪਿਆਰਿਓ, ਜਿਨ੍ਹਾਂ ਦਾ ਸਵੇਰੇ ਉੱਠ ਕੇ ਨਿਤਨੇਮ ਹੈ, ਜਿਹੜੇ ਸਵੇਰੇ ਉੱਠ ਕੇ ਨਿਤਨੇਮ ਕਰਦੇ ਹਨ, ਬਾਣੀ ਪੜ੍ਹਦੇ ਹਨ, ਫਿਰ ਆਪਣੇ ਕਾਰ ਵਿਹਾਰ ਅਤੇ ਕੰਮ 'ਤੇ ਜਾਂਦੇ ਹਨ, ਅਤੇ ਕਾਰ ਵਿਹਾਰ 'ਤੇ ਜਾ ਕੇ ਮੈਂ ਤਾਂ ਆਪਣੇ ਵੱਲ ਹੀ ਵੇਖ ਰਿਹਾ, ਕਿਤਨੀ ਵਾਰ ਆਪਣੇ ਸਤਿਗੁਰਾਂ ਨੂੰ ਯਾਦ ਕਰਨੇ ਆ, ਚੇਤੇ ਕਰੋ, ਕਿਤਨੀ ਵਾਰੀ ਕਹਿੰਦੇ ਹਾਂ ਧੰਨ ਸਤਿਗੁਰੂ ਸੇਵਾ ਰਾਮ ਸੱਚੇ ਪਾਤਸ਼ਾਹ, ਜਾਂ ਚਾਰ ਅੱਖਰਾਂ ਨਾਮ ਲੈਂਦੇ ਹਾਂ, ਜੋ ਮਾਇਆ ਵਿੱਚ ਮਸਤ ਹੁੰਦੇ ਹਾਂ, ਖੁਸ਼ ਹੁੰਦੇ ਰਹਿੰਦੇ ਹਾਂ। ਜਿਤਨਾ ਧਿਆਨ ਅਸੀਂ ਨੋਟਾਂ ਵੱਲ ਦਿੰਦੇ ਹਾਂ ਨਾ, ਨੋਟ ਗਿਣਨੇ ਵੇਲੇ ਕਹਿੰਦੇ ਗੱਲ ਨਾ ਕਰ, ਨੋਟ ਜਦੋਂ ਗਿਣਨੇ ਆ ਨਾ ਸਾਰਾ ਧਿਆਨ, ਗੱਲ ਨਾ ਕਰ, ਕਿਉਂ ਕਿੱਥੇ ਮੈਂ ਭੁੱਲ ਨਾ ਜਾਵਾਂ। ਅਤੇ ਉਹੀ ਧਿਆਨ ਜੇ ਸਾਡਾ ਭਜਨ ਵੇਲੇ ਵੀ ਹੋਵੇ, ਉਹੀ ਧਿਆਨ ਜੇ ਸਾਡਾ ਸਤਿਗੁਰਾਂ ਦੇ ਵੱਲ ਹੋਏ। ਧੰਨ ਉਹ ਗੁਰਸਿੱਖ ਜਿਹੜੇ ਨਾਮ ਸਿਮਰਨ ਕਰਕੇ ਅਤੇ ਫਿਰ ਕੁਝ ਮੁੱਖ ਵਿੱਚ ਪਾਉਂਦੇ ਹਨ, ਨਹੀਂ ਤਾਂ ਕਈਆਂ ਨੂੰ ਤਾਂ ਬੈਠ ਅਤੇ ਲੇਟੇ ਲੇਟੇ ਹੀ ਬੈਠੀ ਚਾਹੀਦੀ ਕਿ ਮੇਰੇ ਵਾਸਤੇ ਤਾਂ ਇੱਥੇ ਹੀ ਲਿਆਓ, ਨਾ ਮੱਥਾ ਟੇਕਿਆ ਨਾ ਸਤਨਾਮ ਆਖਿਆ। ਪਹਿਲੇ ਮਾਵਾਂ ਆਪਣੇ ਬੱਚਿਆਂ ਨੂੰ ਸਮਝਾਉਂਦੀ ਸਨ, ਬੱਚੇ ਪਹਿਲੇ ਉੱਠ, ਜਪਜੀ ਸਾਹਿਬ ਦਾ ਪਾਠ ਕਰ, ਇਸ਼ਨਾਨ ਕਰ, ਫਿਰ ਮੈਂ ਤੈਨੂੰ ਕੁਝ ਦਿਆਂਗੀ। ਇਹ ਕਾਟੇ ਤਾਂ ਹੀ ਪੈ ਰਹੇ ਹਨ, ਸਾਡਾ ਨਿਤਨੇਮ ਹੀ ਨਹੀਂ। ਮੈਂ ਮੇਰੀ ਆਪਸ ਵਿੱਚ ਪੋਥੀ 'ਚ ਪੜ੍ਹਦੇ ਹੋ ਨਾ, ਇਤਨੀ ਵੱਧ ਗਈ ਹੈ, ਸਾਨੂੰ ਕਾਟੇ ਹੀ ਮਹਿਸੂਸ ਨਹੀਂ ਹੁੰਦਾ, ਅੱਜ ਮੇਰਾ ਨਿਤਨੇਮ ਨਹੀਂ ਹੋਇਆ, ਨਹੀਂ ਹੋਇਆ ਤਾਂ ਨਹੀਂ ਹੋਇਆ। ਕੋਈ ਐਸਾ ਹੈ ਜਿਹੜਾ ਆਖੇ ਉਹ ਅੱਜ ਤਾਂ ਮੈਂ ਦੁਕਾਨ 'ਤੇ ਜਾਣਾ ਹੀ ਭੁੱਲ ਗਿਆ, ਜਾਂ ਇਸ਼ਨਾਨ ਕਰਕੇ ਆਵੇ ਅਤੇ ਕਹੇ ਉਹ ਮੈਂ ਤਾਂ ਕੱਪੜੇ ਪਾਉਣਾ ਹੀ ਭੁੱਲ ਗਿਆ, ਮੈਂ ਤਾਂ ਅੱਜ ਨਾਸ਼ਤਾ ਹੀ ਨਹੀਂ ਕੀਤਾ, ਖਾਣਾ ਹੀ ਭੁੱਲ ਗਿਆ। ਸਾਨੂੰ ਸਭ ਯਾਦ ਹੈ, ਤਰ੍ਹਾਂ ਤਰ੍ਹਾਂ ਵਕਤ ਅਸੀਂ ਖਾਂਦੇ ਹਾਂ, ਸੋਹਣੇ ਸੋਹਣੇ ਕੱਪੜੇ ਪਾਉਂਦੇ ਹਾਂ, ਕਾਰ ਵਿਹਾਰ 'ਤੇ ਵੀ ਜਾਂਦੇ ਹਾਂ, ਭਾਵੇਂ ਕਿੰਨਾ ਵੀ ਸਰੀਰ ਢਿੱਲਾ ਵੀ ਬਿਮਾਰ ਹੋਵੇ, ਦੁਕਾਨ 'ਤੇ ਜਾਂਦੇ ਹਾਂ। ਇੱਕੋ ਹੀ ਚੀਜ਼, ਨਾਮ ਨਹੀਂ ਜਪਿਆ ਕੋਈ ਗੱਲ ਨਹੀਂ, ਸ਼ਾਮੀ ਜਪ ਲਵਾਂਗੇ, ਸਵੇਰੇ ਜਪ ਲਵਾਂਗੇ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਨਹੀਂ ਪਿਆਰਿਆ, ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ ਕਿਹਾ ਕਰਦੇ ਸਨ, ਗੁਰਸਿੱਖੋ ਜਦੋਂ ਘਰ ਤੋਂ ਚੱਲਦੇ ਹੋ, ਗੱਡੀ 'ਚ ਬਹਿੰਦੇ ਹੋ, ਅਤੇ ਆਪਣਾ ਮਾਲਾ ਲੈ ਕੇ ਨਾਮ ਜਪਿਆ ਕਰੋ। ਕਿਉਂ? ਉਸ 'ਚ ਕੋਈ ਕੰਮ ਤਾਂ ਆਉਂਦਾ ਨਹੀਂ ਸਾਨੂੰ ਗੱਡੀ 'ਚ, ਆਪਣੇ ਸਤਿਗੁਰਾਂ ਦੇ ਵਚਨ ਲਗਾਓ, ਕੀਰਤਨ ਲਾਓ,
ਅਤੇ ਨਾਮ ਸਿਮਰਨ ਕਰੋ। ਦੋ ਤਿੰਨ ਘੰਟੇ ਦਾ ਸਫ਼ਰ ਹੈ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਜ਼ਰ ਸਤਿਗੁਰੂ ਜੀ ਨੇ ਕਿਹਾ ਸੀ, ਤੁਸੀਂ ਜੇ ਘਰੋਂ ਚੱਲਦੇ ਹੋ ਨਾ ਦੁਪਹਿਨੀ ਸਾਹਿਬ ਵਾਸਤੇ ਇੱਕ ਭਾਵਨਾ ਬਣਾ ਕੇ, ਅਤੇ ਸਮਝੋ ਤੁਹਾਡੀਆਂ ਘੜੀਆਂ ਉਸੇ ਟਾਈਮ ਤੋਂ ਲਿਖਣੀਆਂ ਸ਼ੁਰੂ ਹੋ ਜਾਂਦੀਆਂ। ਜੇ ਦੋ ਘੰਟੇ ਘੰਟਾ ਤੁਹਾਡਾ ਦੁੱਖ ਪਾਏ, ਇਹ ਨਹੀਂ ਕਿ ਇੱਥੇ ਮਾਲਾ ਲੈ ਕੇ ਬੈਠੋਗੇ ਤਾਂ ਹੀ ਘੜੀਆਂ ਸਕਾਰਤੀ ਹੋਣਗੀਆਂ। ਜੇ ਘਰੋਂ ਚੱਲੇ ਹੋ ਅਤੇ ਮਾਲਾ ਕਹਿਣ ਲੱਗੇ ਬੱਚੇ ਹੋ, ਜਦੋਂ ਬੈਠਦੇ ਹੋ ਨਾ ਕਾਰ ਵਿੱਚ ਅਰਦਾਸ ਕਰਕੇ ਕੀਰਤਨ ਲਾ ਕੇ ਅਤੇ ਆਪਣਾ ਨਾਮ ਸਿਮਰਨ ਕਰਿਆ ਕਰੋ, ਕਿਉਂ ਜਦੋਂ ਉਤਰੋਗੇ ਅਤੇ ਉਹੀ ਗੱਲਾਂ ਹੋਣੀਆਂ ਨੇ, ਉਹੀ ਰਿਸ਼ਤੇਦਾਰੀਆਂ ਹੋਣੀਆਂ ਨੇ। ਅਤੇ ਜਿਨ੍ਹਾਂ ਨੇ ਪੈਰਾ ਦਿੱਤਾ ਹੈ ਉਹ ਕਾਰ ਵਿੱਚ ਬੈਠਦੇ ਬੈਠਦੇ ਉਹਨਾਂ ਦਾ ਕਿਤਨੇ ਪਾਠ ਨਿਤਨੇਮ ਹੋ ਜਾਂਦੇ ਹਨ ਅਤੇ ਕੰਨਾਂ ਵਿੱਚ ਕੁਝ ਬਾਣੀ ਪੈ ਜਾਂਦੀ ਹੈ। ਕਿਉਂ ਅੱਜ ਜਿਨ੍ਹਾਂ ਨੂੰ ਸਵਾਦ ਆ ਗਿਆ ਨਾ, ਫਿਰ ਉਹ ਗਾਣੇ ਨਹੀਂ ਸੁਣ ਸਕਦੇ। ਕਈ ਵਾਰ ਅਰਦਾਸ ਵੀ ਕਹਿੰਦੇ ਚਲੋ ਥੋੜ੍ਹਾ ਜਿਹਾ ਲਗਾ ਦਿਓ ਕੁਝ ਹੋਰ, ਅਤੇ ਉਹ ਫਿਰ ਥੋੜ੍ਹੇ ਦੇਰ ਬਾਅਦ ਮਨ ਨੂੰ ਚੁੱਭਣੇ ਲੱਗਦਾ ਹੈ ਇਹ ਸੰਸਾਰੀ ਗੀਤ, ਇਹ ਨਾਚ। ਫਿਰ ਉਹ ਫਿਰ ਮਨ ਨੂੰ ਚੰਗੇ ਨਹੀਂ ਕਹਿੰਦੇ ਇਸ ਕੋਲ, ਤਾਂ ਗੁਰੂ ਮਹਾਰਾਜ ਦੀ ਕੋਈ ਕਥਾ ਲਾ ਦੇ, ਬਾਣੀ ਲਾ ਦੇ, ਕੋਈ ਚੰਗੀ ਗੱਲ ਮੇਰੇ ਕਾਨੇ 'ਚ ਪੈ ਜਾਏ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਰਗ ਚੱਲਦਿਆਂ ਵੀ ਤੂੰ ਨਾਮ ਜਪ, ਸੁਰਨ ਸੁਣੀ ਜੇ ਅੰਮ੍ਰਿਤ ਕਥਾ, ਜਾ ਸੁਣੀ ਮਨ ਹੋਏ ਆਨੰਦਾ, ਦੁੱਖ ਰੋਕ ਮਨ ਸਗਲੇ ਲੱਥਾ, ਕਾਰਜ ਕਾਮ ਬਾਟ ਘਾਟ ਜਪੀ ਜੇ। ਦੁਕਾਨ 'ਤੇ ਬੈਠਦਿਆਂ ਵੀ ਜੇ ਗਾਹਕ ਨਹੀਂ ਤਾਂ ਨਾਮ ਜਪਦਾ ਰਹੇ। ਕੋਈ ਵੀ ਕੰਮ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਆਪਣੇ ਕੰਮ ਕਾਰ 'ਚ ਹੈ, ਘਰ ਵਿੱਚ ਹੈ, ਰਸੋਈ 'ਚ ਹੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੇ, ਦਿਨਸ ਰਹਿਣ ਹਰ ਕੀਰਤਨ ਗਾਈਏ, ਸੁਰ ਜਨ ਜਮਕੀ ਵਾਟ ਨਾ ਪਾਈਏ। ਕਿਤਨੇ ਹਾਂਸੀ ਜਿਹੜਾ ਇਸ ਗੱਲ 'ਤੇ ਪਹਿਰਾ ਦਿੰਦੇ ਹਾਂ। ਸਤਿਗੁਰ ਤਾਂ ਕਹਿੰਦੇ ਨੇ ਕਾਰ ਵਿਹਾਰ ਕਰਦੇ ਹਾਂ, ਚੱਲਦੇ ਹਾਂ, ਫਿਰਦੇ ਹਾਂ, ਕਿੱਥੇ ਵੀ ਹੈ ਤੂੰ ਇਸ ਨਾਮ ਨੂੰ ਨਾ ਵਿਸਾਰ, ਪਰ ਅਸੀਂ ਫਿਰ ਭੁੱਲ ਜਾਂਦੇ ਹਾਂ, ਸਾਨੂੰ ਯਾਦ ਹੀ ਨਹੀਂ ਰਹਿੰਦੀ। ਅਸੀਂ ਤਾਂ ਜਿਉਂ ਭੋਗ ਪੈਂਦੇ ਨਾ ਹਰ ਯੁੱਗ ਯੁੱਗ ਭਗਤ ਉਪਾਇਆ, ਅਤੇ ਅਸੀਂ ਕਹਿੰਦੇ ਬਸ ਹੁਣ ਮਤ, ਪਰ ਅੱਜ ਹੀ ਹੁਣ ਸ਼ਾਮੀ ਮਿਲਾਂਗੇ, ਪੂਰੀ ਦਿਹਾੜੀ ਸਾਨੂੰ ਪਤਾ ਹੀ ਨਹੀਂ ਹੁੰਦਾ। ਪਰ ਪਿਆਰਿਓ ਨਹੀਂ, ਹਰ ਵਕਤ ਗੁਰੂ ਮਹਾਰਾਜ ਤਾਂ ਕਹਿੰਦੇ ਨੇ ਕਾਰਜ ਕਾਮ ਬਾਟ ਘਾਟ ਜਪੀ ਤੇ, ਉੱਠਦਿਆਂ ਬੈਠਦਿਆਂ ਸੁੱਤਿਆਂ ਉਸ ਪਰਮੇਸ਼ਰ ਦਾ ਨਾਮ ਜਪ ਪਿਆਰ, ਇਹ ਸਾਰੀਆਂ ਘੜੀਆਂ ਤੇਰੀਆਂ ਸਕਾਰਤੀਆਂ ਹੋ ਰਹੀਆਂ ਹਨ। ਬਸ ਇੱਕੋ ਹੀ ਗੱਲ ਅਸੀਂ ਭੁੱਲੇ ਪਏ ਹਾਂ, ਅਤੇ ਉਹ ਹੈ ਪਰਮੇਸ਼ਰ ਦਾ ਨਾਮ, ਜੋ ਆਪ ਸੱਚੇ ਪਾ ਚਾਰ ਗੱਲਾਂ 'ਤੇ ਸਾਨੂੰ ਸਭ ਨੂੰ ਯਾਦ ਹਨ, ਜੋ ਸੱਚੇ ਪਾਤਸ਼ਾਹ ਜੀ ਬਾਣੀ 'ਚ ਕਹਿੰਦੇ ਨੇ। ਆਓ ਦੋ ਤੁੱਕਾ ਪੜ੍ਹ ਲਈਏ ਨਾਲ ਸਤਿਗੁਰਾਂ ਦੇ ਵਚਨ, ਔਰ ਨਾਲ ਹੀ ਅੱਜ ਬੜਾ ਹੀ ਬਖਸ਼ਿਸ਼ ਵਾਲਾ ਦਿਨ, ਅਸੀਂ ਆਪਣੇ ਵੱਡੇ ਬਜ਼ੁਰਗ ਬਲਰਾਜ ਸ਼ਾਹ ਸਚਦੇਵ ਜੀ, ਸਾਡੇ ਸਨੇਹ ਕਾਂਤ ਜੀ ਦੇ ਪਿਤਾ ਜੀ, ਜਿਨ੍ਹਾਂ ਨੂੰ 40 ਸਾਲ ਹੋ ਗਏ, ਅੱਜ ਉਹਨਾਂ ਦੇ ਜੀਵਨ ਵਿੱਚੋਂ ਵੀ ਕੁਝ ਵੱਡੇ ਜਿਹੜੇ ਬਜ਼ੁਰਗ ਸਨ, ਕਿਸ ਤਰ੍ਹਾਂ ਉਹਨਾਂ ਨੇ ਪਿਆਰ ਸਤਿਗੁਰਾਂ ਨਾਲ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਬਖਸ਼ਿਸ਼ਾਂ ਲਿੱਤੀਆਂ ਆਪਣਾ ਜੀਵਨ, ਜਿਨ੍ਹਾਂ ਨੇ ਪਿਆਰ ਕੀਤਾ ਅਤੇ ਸਤਿਗੁਰਾਂ ਨੇ ਵੀ ਫਿਰ ਕੀ ਜਵਾਬ ਦਿੱਤਾ। ਅੱਜ ਉਹਨਾਂ ਦੇ ਜੀਵਨ ਵਿੱਚੋਂ ਵੀ ਕੁਝ ਸਿੱਖਾਂਗੇ, ਉਹਨਾਂ ਦਾ ਵੀ ਦਿਨ ਪਰਿਵਾਰ ਸਾਰੇ ਮਨਾ ਰਹੇ ਹਨ, ਸਭ ਇਕੱਠੇ ਹੋਏ ਹਨ। ਚਾਰ ਗੱਲਾਂ ਸਾਨੂੰ ਸਭ ਨੂੰ ਯਾਦ ਹਨ, ਪਰ ਇੱਕੋ ਹੀ ਗੱਲ ਅਸੀਂ ਭੁੱਲੇ ਪਏ ਹਾਂ ਪਿਆਰਿਓ, ਨਾਮ ਜਪਣਾ। ਸਾਰੇ ਦੁੱਖਾਂ ਦਾ ਕਾਰਨ ਹੀ ਇਹ ਹੈ ਕਿ ਜਿਹੜੇ ਅਸੀਂ ਨਾਮ ਨੂੰ ਭੁੱਲੇ ਪਏ ਹਾਂ। ਸਾਹਿਬ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰੇ। ਖਾਣਾ ਪੀਣਾ
ਹੱਸਣਾ ਸੋਹਣਾ ਵਿਸਰ ਗਿਆ ਹੈ ਮਰਣਾ ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ ਮਰਣਾ ਖਸਮ ਵਿਸਾਰ ਖੁਆਰੀ ਕੀਨੀ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਤ੍ਰਿਗ ਜੀਵਨ ਨਹੀਂ ਰਹਿਣਾ ਖਾਣਾ ਪੀਣਾ ਹੱਸਣਾ ਸੋਹਣਾ ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ ਮਰਣਾ ਵਿਸਰ ਗਿਆ ਹੈ ਮਰਣਾ ਖਾਣਾ ਪੀਣਾ ਹੱਸਣਾ ਸੋਹਣਾ ਪ੍ਰਾਣੀ ਏਕੋ ਨਾਮ ਤੇ ਆਵੋ ਪ੍ਰਾਣੀ ਏਕੋ ਨਾਮ ਤੇ ਆਵੋ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇ ਧੀ ਕਰ ਜਾਓ ਆਪਣੀ ਪਤ ਸੇ ਧੀ ਕਰ ਜਾਓ ਆਪਣੀ ਪਤ ਸੇ ਧੀ ਕਰ ਜਾਓ ਆਪਣੀ ਪਤ ਸੇ ਜਾਓ ਖਾਣਾ ਪੀਣਾ ਹੱਸਣਾ ਸੋਹਣਾ ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ ਮਰਣਾ ਵਿਸਰ ਗਿਆ ਹੈ ਮਰਣਾ ਵਿਸਰ ਗਿਆ ਹੈ ਮਰਣਾ ਵਿਸਰ ਗਿਆ ਹੈ ਮਰਣਾ ਖਾਣਾ ਪੀਣਾ ਹੱਸਣਾ ਸੋਹਣਾ ਖਾਣਾ ਪੀਣਾ ਹੱਸਣਾ ਸੋਹਣਾ ਤੁਧ ਨੂੰ ਸੇਵੇ ਤੁਝ ਕਿਆ ਦੇਵੇ ਮੰਗੇ ਲੇਵੇ ਰਹੇ ਨਹੀਂ ਅਸੀਂ ਉਸ ਮਾਲਕ ਨੂੰ ਕੀ ਦੇ ਸਕਦੇ ਹਾਂ ਸੇਵਾ ਥੋੜ੍ਹੀ ਅਤੇ ਮੰਗਣ ਬਹੁਤਾ ਘੰਟਾ ਭਜਨ ਕਰਨੇ ਹਾਂ ਅਤੇ ਉਸ ਤੋਂ ਬਾਅਦ ਐਡੀ ਲੰਬੀ ਲਿਸਟ ਸਾਡੇ ਮਨ ਵਿੱਚ ਹੁੰਦੀ ਹੈ ਦਾਦਾ ਇਹ ਵੀ ਦੇ ਮਹਾਰਾਜ ਜੀ ਸਮਝਾਉਂਦੇ ਰਹਿੰਦੇ ਨਾ ਮੰਗਿਆ ਕਰੋ ਨਾ ਮੰਗਿਆ ਕਰੋ ਘਾਟੇ 'ਚ ਰਹੋਗੇ ਉਹ ਪਤਾ ਨਹੀਂ ਸਾਡੇ ਵਾਸਤੇ ਕੀ ਸੋਚ ਕੇ ਬੈਠਾ ਪਿਆ ਸਾਡੀ ਸੋਚ ਬੜੀ ਛੋਟੀ ਹੈ ਗੁਰਸਿੱਖ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਮਹਾਰਾਜ ਜੀ ਕਹਿਣ ਲੱਗੇ ਇਸਨੂੰ ਗੁਰਗੱਦੀ ਦੇ ਦੇਵਾਂ ਅਤੇ ਉਸਦੇ ਮਨ ਵਿੱਚ ਕੀ ਆ ਗਈ ਇਹ ਮਹਾਰਾਜ ਜੀ ਘੋੜੇ ਦੇ ਦੇਵਨ ਨਾ ਮਨੋ ਅਤੇ ਕਿਤਨਾ ਅਤੇ ਵੇਖੋ ਹੀ ਸਾਡੀ ਸੋਚ ਹੈ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਤਾਂ ਤੇਰੇ 'ਤੇ ਇਤਨੇ ਖੁਸ਼ ਹਾਂ ਕਿ ਅਸੀਂ ਤੈਨੂੰ ਗੁਰਗੱਦੀ ਦੇਣਾ ਚਾਹੁੰਦੇ ਸਾਂ ਕਿ ਜਿੱਥੇ ਅਸੀਂ ਬੈਠੇ ਹਾਂ ਗੁਰਸਿੱਖਾ ਉੱਥੇ ਆ ਕੇ ਤੂੰ ਬੈਠ ਜਾ ਸਾਡੀ ਅੱਜ ਵੀ ਸੋਚ ਉਹ ਆਈ ਹੈ ਸੇਵਾ ਥੋੜ੍ਹੀ ਅਤੇ ਮੰਗ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਤੁਧ ਨੂੰ ਸੇਵੇ ਤੁਝ ਕਿਆ ਦੇਵੇ ਮੰਗੇ ਲੇਵੇ ਰਹੇ ਨਹੀਂ
ਮੰਗੇ ਬਗੈਰ ਰਹਿ ਨਹੀਂ ਸਕਦਾ ਇਨਸਾਨ। ਧਿਆਨ ਆਉਂਦੀ ਹੈ ਸਤਿਗੁਰਾਂ ਦੇ ਵਚਨ, ਮਹਾਰਾਜ ਜੀ ਨੇ ਕਿਹਾ ਸੀ ਨਵ, ਫਿਰ ਕਹਿੰਦਾ ਮਹਾਰਾਜ ਜੀ ਇਹ ਕੰਮ ਨਹੀਂ ਹੋਇਆ, ਇਹ ਕੰਮ ਨਹੀਂ ਹੋਇਆ, ਜਬਕਿ ਉਸਨੂੰ ਪਤਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਕਾਲ ਜਿਹੜੀ ਹੈ ਬੇਕਾਰ ਨਹੀਂ ਜੜੀ, ਜਿਹੜੇ ਸਵੇਰੇ ਉੱਠ ਕੇ ਭਜਨ ਕਰ ਰਹੇ ਹਨ, ਸੇਵਾ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋ ਕਿਉਂ ਵਿਸਰੇ ਜੇ ਕਾਲ ਨਾ ਪਾਣੇ, ਤੇਰੀ ਕੀਤੀ ਮਿਹਨਤ ਰੱਤੀ ਭਰ ਵੀ ਬੇਕਾਰ ਨਹੀਂ ਜਾ ਰਹੀ, ਉਹ ਸਭ ਮਾਲਕ ਵੇਖ ਰਿਹਾ। ਮਾਨਸ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ, ਉਸਨੇ ਕਈ ਗੁਣਾ ਵੱਧ ਤੈਨੂੰ ਦੇਣਾ, ਤੂੰ ਪਿਆਰ 'ਤੇ ਕਰ, ਮਿਹਨਤ 'ਤੇ ਕਰ, ਇਹ ਕੱਲ ਨਹੀਂ ਹੈ ਨਾ। ਇਹ ਤੁਸੀਂ ਸਾਰੇ ਇਕੱਠੇ ਹੋ ਕੇ ਆਉਂਦੇ ਹੋ ਜਿਹੜੇ ਨਾਮ ਜਪਦੇ ਹਨ, ਬੱਚਾ ਵੇਖੋ ਕਿਸ ਵੇਲੇ ਆਉਂਦਾ ਹੋਏਗਾ, ਕਈ ਵਾਰ ਤਾਂ ਦੋ ਦੋ ਤਿੰਨ ਤਿੰਨ ਘੰਟੇ ਇਹ ਬੱਚਾ ਤਬਲੇ ਦੀ ਸੇਵਾ ਕਰਦਾ ਹੈ। ਇਹ ਕਾਲਨਾ ਬੇਕਾਰ ਨਹੀਂ ਜਾਂਦੀਆਂ। ਬਸ ਗੁਰੂ ਮਹਾਰਾਜ ਸਾਡੇ 'ਤੇ ਇਹ ਕਿਰਪਾ ਕਰੇ ਕਿ ਅਸੀਂ ਉਸਨੂੰ ਵਿਸਰ ਨਾ ਜਾਈਏ ਜਿਸ ਮਾਲਕ ਨੇ ਸਾਨੂੰ ਸਭ ਕੁਝ ਦਿੱਤਾ ਹੈ। ਤਾਂ ਹੀ ਵਾਰ ਵਾਰ ਇਹ ਵਚਨ ਯਾਦ ਆਉਂਦਾ ਹੈ ਕਿ ਸਰਦਾਰ ਤੋਲਾ ਰਾਮ ਸਿੰਘ ਜੀ ਜਦੋਂ, ਕਿਉਂਕਿ ਆਦਤ ਅਸੀਂ ਭਜਨ ਭੁੱਲ ਜਾਂਦੇ ਹਾਂ ਅਤੇ ਨਾਲ ਇੱਕ ਕੋਲ ਨੌਕਰ ਰੱਖ ਲਿਆ, ਕਹਿਣ ਲੱਗੇ ਤੈਨੂੰ ਤਨਖਾਹ ਵੀ ਪੂਰੀ ਹੈ, ਤੂੰ ਮੇਰੇ ਨਾਲ ਰਿਹਾ ਕਰ। ਜੀ ਸਰਦਾਰ ਜੀ ਮੇਰਾ ਕੀ ਕੰਮ ਹੈ? ਕਹਿਣ ਲੱਗੇ ਬਸ ਤੇਰਾ ਕੰਮ ਇਹ ਹੀ ਹੈ, ਥੋੜ੍ਹੀ ਦੇਰ ਬਾਅਦ ਮੇਰੀ ਬਾਂਹ ਪਕੜ ਕੇ ਨਾ ਹਿਲਾ ਦੇ ਕਰ। ਸਰਦਾਰ ਤੋਲਾ ਰਾਮ ਸਿੰਘ ਨੇ, ਸਰਦਾਰ ਜੀ ਭਜਨ ਕਰਦੇ ਪਏ ਹੋ? ਵੇਖੋ ਗੁਰਸਿੱਖਾਂ ਦੀ ਉਸਨੂੰ ਤਨਖਾਹ ਵੀ ਦੇ ਰਹੇ ਹਨ, ਕਿਸ ਕੰਮ ਵਾਸਤੇ? ਕਿਉਂ ਅਸੀਂ ਭੁੱਲ ਜਾਂਦੇ ਹਾਂ, ਜਿਉਂ ਅਸੀਂ ਦੁਖਪਾਨੀ ਸਾਹਿਬ ਤੋਂ ਬਾਹਰ ਨਿਕਲਾਂਗੇ ਉਹੀ ਸਾਡੇ ਫਿਰ 99 ਦੇ ਚੱਕਰ ਹੁੰਦੇ, ਫਿਰ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ। ਉਹ ਕਹਿੰਦੇ ਸਰਦਾਰ ਜੀ ਭਜਨ ਕਰਦੇ ਪਏ ਹੋ? ਬਸ ਉਸਦਾ ਇਹੀ ਕੰਮ ਸੀ, ਇਸ ਗੱਲ ਦੀ ਉਸਨੂੰ ਤਨਖਾਹ ਸੀ। ਅਤੇ ਅਸੀਂ ਪਿਆਰਿਓ ਸਭ ਕੁਝ ਯਾਦ ਹੈ ਸਾਨੂੰ, ਬਸ ਇੱਕੋ ਹੀ ਭੁੱਲੇ ਪਿਆ ਕਿ ਅੱਜ ਮਨ 'ਚ ਕਦੇ ਸੋਚਿਆ ਅੱਜ ਨਿਤਨੇਮ ਮੇਰਾ ਨਹੀਂ ਹੋਇਆ, ਅੱਜ ਮੇਰਾ ਕਿਤਨਾ ਘਾਟਾ ਹੋ ਗਿਆ? ਅਤੇ ਪਿਆਰਿਓ ਪਰ ਜਿਨ੍ਹਾਂ ਨੇ ਉਸ ਮਾਲਕ ਨਾਲ ਪਿਆਰ ਕੀਤਾ ਹੈ ਉਹਨਾਂ ਨੇ ਬੜੀ ਖੁਸ਼ੀਆਂ ਪਾਈਆਂ ਹਨ। ਅੱਜ ਅਸੀਂ ਜਿਸ ਸੇਵਕ ਨੂੰ ਯਾਦ ਕਰ ਰਹੇ ਹਾਂ, ਕਿਉਂਕਿ ਸਾਡੇ ਸਤਿਕਾਰਯੋਗ ਡਾਕਟਰ ਪਰਦਮਨ ਲਾਲ ਭੂਟਾਨੀ ਜੀ, ਉਹਨਾਂ ਦੇ ਪਿਤਾ ਦਾ ਵੀ ਨਾਂ ਬਲਰਾਜ ਸ਼ਾਹ ਭੂਟਾਨੀ ਸੀ, ਸਭ ਨੂੰ ਪਤਾ ਹੈ। ਅਤੇ ਇਸ ਨੇਕ ਕਾਨ ਜੀ ਦੇ ਪਿਤਾ ਦਾ ਨਾਂ ਵੀ ਬਲਰਾਜ ਸ਼ਾਹ ਸਚਦੇਵ ਸੀ, ਇੱਕੋ ਹੀ ਨਾਮ। ਇਹ ਗੁਰੂ ਘਰ ਦੇ ਜਵਾਈ ਵੀ ਪਿਆਰੇ ਐਸੇ ਨਹੀਂ ਬਣੇ। ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਰਹਿਮਤਾਂ ਕੁਝ ਸੰਤ ਮਾਤਾ ਜੀ ਨੇ ਵੇਖਿਆ ਸੀ। ਜਦੋਂ ਬੀਨਾ ਦੀਦੀ ਜੀ ਦੀ ਸ਼ਾਦੀ ਹੋਈ, ਦਲੀਪ ਜੀ ਸਾਡੇ ਡਾਕਟਰ ਸਾਹਿਬ, ਸਨੇਹ ਖਾਨ ਜੀ, ਇਹ ਪੁਰਾਣੀਆਂ ਜੜ੍ਹਾਂ ਜੁੜੀਆਂ। ਦਾਸ ਨੂੰ ਵੀ ਹੁਣੀ ਪਤਾ ਪਿਆ ਇਹ ਸਭ ਚੀਜ਼ਾਂ। ਦੋ ਭਰਾ ਸਨ, ਮੋਤੀ ਰਾਮ ਸ਼ਾਹ ਜੀ ਅਤੇ ਬਲਰਾਜ ਸ਼ਾਹ ਜੀ, ਕਿਤੇ ਨੇ ਨਾਮ ਜਪਣ ਵਾਲੇ ਸਨ, ਇਹ ਬੇਸੁੱਧ ਹੋ ਜਾਇਆ ਕਰਦੇ ਸਨ, ਇਤਨਾ ਭਜਨ ਕਰਦੇ ਸਨ, ਇਹਨਾਂ ਨੂੰ ਪਤਾ ਹੀ ਨਹੀਂ ਸੀ ਅਸੀਂ ਕਿੱਥੇ ਪਏ ਹਾਂ ਅਤੇ ਕੀ ਹੋ ਰਿਹਾ। ਐਸਾ ਪਿਆਰ ਸੀ ਉਹਨਾਂ ਦਾ। ਅਤੇ ਇਹਨਾਂ ਦੀ ਹੀ ਮਿੱਤਰਤਾ ਪ੍ਰਾਪਤ ਹੋਈ ਬਲਰਾਜ ਸ਼ਾਹ ਜੀ ਨੂੰ, ਸਚਦੇਵ ਜੀ ਨੂੰ, ਸਨੇਹ ਕਾਂਤ ਜੀ ਦੇ ਪਿਤਾ ਜੀ। ਇਹ ਮੋਤੀ ਰਾਮ ਸ਼ਾਹ ਜੀ ਅਤੇ ਬਲਰਾਜ ਸ਼ਾਹ ਜੀ
ਆਪਸ ਵਿੱਚ ਸਮਝ ਲਓ ਇੱਕ ਬਹੁਤ ਹੀ ਮਿੱਤਰਤਾ ਲੰਗੋਟੀਆ ਯਾਰ ਵਾਲਾ ਹਿਸਾਬ ਸੀ, ਬੜੇ ਆਪਸ ਵਿੱਚ ਮਿਲਣਾ ਜੁਲਣਾ। ਔਰ ਪਿਆਰਿਓ ਇਤਨਾ ਪਿਆਰ ਇਹ ਕਰਦੇ ਸਨ ਬਲਰਾਜ ਸ਼ਾਹ ਜੀ, ਮੋਤੀ ਰਾਮ ਸ਼ਾਹ ਜੀ, ਸਤਿਗੁਰ ਸੇਵਾ ਰਾਮ ਜੀ ਇੱਕ ਸਾਖੀ ਸੁਣਾਇਆ ਕਰਦੇ ਸਨ। ਕਹਿਣ ਲੱਗੇ ਇੱਕ ਵਾਰ ਮੈਂ ਮਿਲਣੇ ਗਿਆ ਬਲਰਾਜ ਸ਼ਾਹ ਭੂਟਾਨੀ ਜੀ ਨੂੰ, ਜਿਨ੍ਹਾਂ ਦੇ ਇਤਿਹਾਸ ਵਿੱਚ ਸਾਖੀਆਂ ਤੁਸੀਂ ਸੁਣਦੇ ਹੋ। ਕਹਿੰਦੇ ਨੇ ਉਹਨਾਂ ਦਾ ਛੱਤ 'ਤੇ ਕਮਰਾ ਸੀ ਅਤੇ ਸਾਹਿਬ ਸਤਿਗੁਰ ਸੇਵਾ ਰਾਮ ਜੀ ਕਹਿਣ ਲੱਗੇ ਮੈਂ ਛੱਤ 'ਤੇ, ਨਾਲ ਰਾਮਾ ਜੀ ਵੀ ਸਨ, ਰਾਮਾ ਜੀ ਥੋੜ੍ਹਾ ਪਿੱਛੇ ਸਨ, ਅਤੇ ਸਾਹਿਬ ਮਹਾਰਾਜ ਜੀ ਜਿਉਂ ਉੱਤੇ ਸੀੜੀਆਂ ਚੜ੍ਹਨ ਲੱਗੇ ਬਲਰਾਜ ਸ਼ਾਹ ਜੀ ਨੂੰ ਮਿਲਣ ਵਾਸਤੇ, ਅਤੇ ਵੇਖਿਆ ਉੱਤੋਂ ਆਵਾਜ਼ ਆ ਰਹੀ ਹੈ ਅਤੇ ਸਾਹਿਬ ਮਹਾਰਾਜ ਜੀ ਥੋੜ੍ਹੇ ਜਿਹੇ ਖੜ੍ਹੇ ਹੋ ਗਏ ਅਤੇ ਵੇਖਿਆ ਅਤੇ ਕੀ ਵੇਖਿਆ, ਗੁਰਸਿੱਖ ਬਲਰਾਜ ਸ਼ਾਹ ਭੂਟਾਨੀ ਜੀ ਸਾਹਿਬਾਂ ਦੇ ਸਰੂਪ ਅੱਗੇ ਖੜ੍ਹੇ ਹਨ, ਨਿਤਨੇਮ ਕਰਕੇ ਅਰਦਾਸ ਕਰ ਰਹੇ ਹਨ, ਅਤੇ ਉਹ ਅਰਦਾਸ ਹੋ ਰਹੀ ਹੈ ਅਤੇ ਸਾਹਿਬ ਮਹਾਰਾਜ ਜੀ ਵੀ ਪਿੱਛੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮਹਾਰਾਜ ਜੀ ਪਿੱਛੇ ਖੜ੍ਹੇ ਹਨ, ਅਤੇ ਅੱਖਾਂ ਵਿੱਚੋਂ ਉਹਨਾਂ ਦੇ ਜਲ ਆ ਰਿਹਾ ਹੈ, ਅਤੇ ਬਸ ਇੱਕ ਜਗ੍ਹਾ 'ਤੇ ਆ ਕੇ ਰੁਕ ਗਏ ਅਤੇ ਬਸ ਇਹੀ ਕਹਿੰਦੇ ਸਨ, ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਈ। ਐਸੀ ਬਿਰਤੀ ਜੁੜ ਗਈ, ਐਸੀ ਬਿਰਤੀ ਜੁੜ ਗਈ ਬਲਰਾਜ ਸ਼ਾਹ ਭੂਟਾਨੀ ਜੀ ਦੀ ਕਿ ਉਹ ਉਹਨਾਂ ਨੂੰ ਪਤਾ ਹੀ ਨਹੀਂ, ਅੱਖਾਂ ਵਿੱਚੋਂ ਜਲ ਬਹਿ ਰਿਹਾ ਅਤੇ ਕੀ ਕਹਿ ਰਹੇ, ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾ, ਕਰੋ ਅਰਦਾਸ, ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ, ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ। ਨਾ ਭੁੱਲੀ ਨਾ ਭੁਲਾਵੀ, ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਵੀ, ਨਾ ਵਿਸਰੀ ਨਾ ਵਿਸਾਰੀ, ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਵੀ, ਨਾ ਵਿਸਰੀ ਨਾ ਵਿਸਾਰੀ। ਵਿਸਰੇ ਤਾਂ ਸਭ ਕੋ ਲਾਗੂ, ਚਿਤ ਆਵੇ ਤਾਂ ਸੇਵਾ, ਤੂੰ ਵਿਸਰੇ ਤਾਂ ਚਿਤ ਆਵੇ ਤਾਂ ਸੇਵਾ, ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਵੇ, ਨਾ ਵਿਸਰੀ ਨਾ ਵਿਸਾਰੀ ਨਾ ਤਨ ਤਨ ਸਤਿਗੁਰ ਸੇਵਾ ਰਾਮ ਜੀ, ਤਨ ਤਨ ਸਤਿਗੁਰ ਸੇਵਾ ਰਾਮ ਜੀ, ਤਨ ਤਨ ਸਤਿਗੁਰ ਸੇਵਾ ਰਾਮ ਜੀ, ਤਨ ਤਨ ਸਾਡੇ ਸੰਤ ਮਾਤਾ ਜੀ, ਤਨ ਤਨ ਸਾਡੇ ਸੰਤ ਮਾਤਾ ਜੀ, ਤਨ ਤਨ ਸਾਡੇ ਸੰਤ ਮਾਤਾ ਜੀ, ਤਨ ਤਨ, ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ
ਪੜ੍ਹ ਰਹੇ ਸਨ, ਪਤਾ ਹੀ ਨਹੀਂ, ਅੱਖਾਂ 'ਚੋਂ ਜਲ ਵਹਿ ਰਿਹਾ ਪਿਆਰਿਓ। ਸੱਚੇ ਪਾਤਸ਼ਾਹ ਜਿੰਦੇ ਮੋਏ ਚੰਗੇ ਮੰਦੇ ਤੇਰੇ ਹਾਂ, ਨਾ ਵਿਸਰੀ ਨਾ ਵਿਸਾਰੀ ਨਾ ਵਿਸਰੀ। ਸਤਿਗੁਰ ਸੇਵਾ ਰਾਮ ਜੀ ਗੁਰਸਿੱਖ ਦਾ ਪਿਆਰ ਵੇਖ ਰਹੇ ਹਨ, ਕਿੰਨਾ ਪਿਆਰ ਹੈ ਦੋਵੇਂ ਭਰਾਵਾਂ 'ਚ। ਇਤਨੇ 'ਚ ਰਾਮਾ ਜੀ ਦੀ ਆਵਾਜ਼ ਵੈਸੇ ਵੀ ਤੇਜ਼ ਸੀ, ਉਹਨਾਂ ਨੇ ਤਲੋਂ ਆਵਾਜ਼ ਲਾਈ, ਪਾਪਾ ਜੀ ਉੱਤੇ ਹੋ। ਇਕਦਮ ਬਲਰਾਜ ਸ਼ਾਹ ਭੂਟਾਨੀ ਜੀ ਦੀ ਬਿਰਤੀ ਹਟੀ ਕਿ ਬਈ ਇਹ ਕਿਸ ਦੀ ਆਵਾਜ਼ ਆਈ। ਵੇਖਿਆ ਤਾਂ ਸਤਿਗੁਰ ਸੇਵਾ ਰਾਮ ਜੀ ਪਿੱਛੇ ਖੜ੍ਹੇ ਹਨ। ਮਹਾਰਾਜ ਜੀ ਦਾ ਚਿੱਤ ਨਹੀਂ ਸੀ ਕਿ ਮੈਂ ਗੁਰਸਿੱਖ ਦੀ ਬਿਰਤੀ ਲਾਵਾਂ, ਜੁੜੇ ਹੋਏ ਸਨ। ਇਹ ਵੀ ਕੋਈ ਭਾਗਾਂ ਵਾਲਾ ਜੁੜਦਾ, ਸਾਡੇ ਆਤਿਸ਼ ਤੇ ਮਾਲਾ ਹੁੰਦੀ ਹੈ, ਚਿੱਤ ਕਿੱਥੇ ਦਾ ਕਿੱਥੇ ਹੁੰਦਾ ਹੈ। ਪਿਆਰ ਪਿਆਰੋ, ਐਸੇ ਗੁਰਸਿੱਖਾਂ ਦੀ ਸੰਗਤ ਜਿਹੜੀ ਹੈ, ਇਸ ਨੇਕ ਕਾਨ ਜੀ ਦੇ ਪਿਤਾ ਜੀ ਬਲਰਾਜ ਸ਼ਾਹ ਸਚਦੇਵ ਜੀ ਨੂੰ ਮੋਤੀ ਰਾਮ ਸ਼ਾਹ ਜੀ ਦੀ ਮਿਲੀ। ਦੋਵੇਂ ਮਿੱਤਰ ਸਨ, ਔਰ ਚੰਗੀ ਮਿੱਤਰਤਾ ਹੋਵੇ ਤਾਂ ਕਿੱਥੇ ਦਾ ਕਿੱਥੇ ਲੈ ਜਾਂਦੀ ਹੈ। ਡੇਰੀ ਸਾਹਿਬ ਜਾਇਆ ਕਰਦੇ ਸਨ ਅਤੇ ਨਾਲ ਮੋਤੀ ਰਾਮ ਸ਼ਾਹ ਜੀ ਕਹਿੰਦੇ ਸਨ, ਆ ਬਲਰਾਜ ਸ਼ਾਹ ਤੂੰ ਵੀ ਚੱਲ ਸਾਡੇ ਨਾਲ। ਇਹ ਵੀ ਨਾਲ ਜਾਣ ਲੱਗੇ, ਵੇਖਦੇ ਸਨ ਪਿਆਰ ਗੁਰਸਿੱਖਾਂ ਦਾ, ਸੇਵਾ ਕਰਨੀ। ਅਤੇ ਇਹਨਾਂ ਦੇ ਮਨ 'ਚ ਵੀ ਆਇਆ, ਪ੍ਰੇਰਨਾ ਮਿਲੀ ਕਿ ਬਈ ਤੁਸੀਂ ਵੀ ਨਾਮ ਲੈ ਲਓ। ਅਤੇ ਸਤਿਗੁਰ ਭਗਵਾਨ ਦਾਸ ਜੀ ਕੋਲੋਂ ਇਹਨਾਂ ਨੇ ਵੀ ਨਾਮ ਲਿੱਤਾ, ਬਲਰਾਜ ਸ਼ਾਹ ਸਚਦੇਵ ਜੀ ਨੇ, ਜਿਨ੍ਹਾਂ ਦਾ ਅੱਜ ਅਸੀਂ 40ਵਾਂ ਇਹ ਸਾਲਾਨਾ ਯਾਦ ਮਨਾ ਰਹੇ ਹਾਂ। ਫਿਰ ਜਦੋਂ ਸਤਿਗੁਰਾਂ ਦੇ ਨਾਲ ਪਿਆਰ ਪੈ ਗਿਆ, ਗੁਰਸਿੱਖਾਂ ਦੇ ਨਾਲ ਮੇਲ ਹੋਇਆ, ਅਤੇ ਫਿਰ ਪਿਆਰਿਓ ਫਿਰ ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ, ਮਾਤਾ ਦਇਆ ਕੌਰ ਜੀ ਉਹਨਾਂ ਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਹਨ, ਐਸੀ ਨਾਮ ਜਪਣ ਵਾਲੀ ਰੂਪ। ਉਹਨਾਂ ਨੂੰ ਸੰਗਤ ਕਿਸ ਦੀ ਪ੍ਰਾਪਤ ਹੋਈ ਸੀ? ਮਾਤਾ ਪਰਮੇਸ਼ਰੀ ਜੀ ਦੀ। ਉਹਨਾਂ ਦੀ ਸੰਗਤ ਕਰਕੇ ਉਹ ਵੀ ਐਡੀ ਉੱਚੀ ਆਤਮਾ ਬਣ ਗਏ। ਉਹਨਾਂ ਦਾ ਮੇਲ ਬਲਰਾਜ ਸ਼ਾਹ ਜੀ ਨਾਲ ਹੋਇਆ, ਬੜਾ ਪਿਆਰ ਇਹਨਾਂ ਨੂੰ ਮਿਲਿਆ। ਸਮਾਂ ਬੀਤਦਾ ਗਿਆ, ਅੱਗੇ ਪਰਿਵਾਰ ਵੱਡਾ ਹੁੰਦਾ ਗਿਆ। ਐਸਾ ਵੀ ਸਮਾਂ ਆ ਗਿਆ ਜਦੋਂ ਦਇਆ ਕੌਰ ਜੀ ਦੇ ਘਰ ਬੱਚੇ ਹੋਏ ਅਤੇ ਉਹਨਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ। ਉਸ ਵਕਤ ਦੀ ਪਿਆਰਿਓ ਮਾਤਾ ਪਰਮੇਸ਼ਰੀ ਜੀ ਨੇ ਇਹ ਬੱਚਿਆਂ ਦੀ ਸੇਵਾ ਕੀਤੀ ਸੀ।
ਦੀਦੀ ਜੀ ਦੇ ਨਾਨੀ ਜੀ ਹੋ ਗਏ, ਸੰਤ ਮਾਤਾ ਜੀ ਦੇ ਮਾਤਾ ਜੀ, ਇਹ ਜਿਹੜੇ ਸੰਸਕਾਰ ਮਿਲਦੇ ਹਨ ਨਾ ਮਾਤਾ ਪਿਤਾ ਤੋਂ ਮਿਲਦੇ ਹਨ। ਤਿੰਨ ਲੜਕੀਆਂ ਅਤੇ ਦੋ ਲੜਕੇ ਉਹਨਾਂ ਦੇ ਘਰ ਹੋਏ, ਭੈਣ ਤੇਜ ਜੀ, ਸਰੀਤਾ, ਜਨਕ ਜੀ, ਅਤੇ ਇੱਕ ਲੜਕਾ ਚੜ੍ਹਾਈ ਕਰ ਗਿਆ ਅਤੇ ਫਿਰ ਇੱਕ ਸਨੇਹਕਾਂਤ ਜੀ। ਇਹਨਾਂ ਦਾ ਨਾਂ ਵੀ ਮਾਤਾ ਸਰੂਪ ਕੌਰ ਜੀ ਨੇ ਆਪ ਰੱਖਿਆ ਸੀ ਬੱਚਿਆਂ ਦਾ ਨਾਂ। ਅਤੇ ਮਾਤਾ ਪਰਮੇਸ਼ਰੀ ਜੀ ਨੇ ਸਾਰੀ ਕਹਿਣ ਲੱਗੇ, ਬੱਚੀ ਚਿੰਤਾ ਨਾ ਕਰ, ਅਸੀਂ ਤੇਰੇ ਨਾਲ ਹਾਂ ਅਤੇ ਤੂੰ ਚਿੰਤਾ ਨਾ ਕਰ। ਸਾਰੇ ਬੱਚਿਆਂ ਦੀ ਸੰਭਾਲ ਕੀਤੀ। ਐਸਾ ਪਿਆਰ ਬਲਰਾਜ ਸ਼ਾਹ ਜੀ ਦਾ ਦਿਨੋਂ ਦਿਨ ਵੱਧਦਾ ਗਿਆ। ਔਰ ਇੱਥੇ ਤੱਕ ਫਿਰ ਜਦੋਂ ਸੰਤ ਮਾਤਾ ਗੁਲਬੀਰ ਕੌਰ ਜੀ ਦਾ ਸਮਾਂ ਆਇਆ, ਮਾਤਾ ਸਰੂਪ ਕੌਰ ਜੀ ਚੜ੍ਹਾਈ ਕਰ ਗਏ, ਉਸ ਤੋਂ ਬਾਅਦ ਫਿਰ ਇਹ ਪਿਆਰ ਫਿਰ ਵੀ ਬਣਿਆ ਰਿਹਾ। ਪਹਿਲੇ ਇੰਨੀ ਹਜਰੋਂ ਸਾਹਿਬ ਰਹਿੰਦੇ ਸਨ, ਫਿਰ ਰਾਵਲ ਪਿੰਡੀ ਆ ਗਏ, ਇੱਥੇ ਕੱਪੜੇ ਦਾ ਕੰਮ ਕੀਤਾ ਅਤੇ ਸੰਤ ਮਾਤਾ ਜੀ ਅਕਸਰ ਬਲਰਾਜ ਸ਼ਾਹ ਜੀ ਕੋਲ ਜਾਇਆ ਕਰਦੇ ਸਨ, ਕੱਪੜਾ ਵੀ ਲੈਣਾ। ਹੋਰ ਵੀ ਸਮਾਂ ਫਿਰ ਵੱਧਦਾ ਗਿਆ ਵੱਧਦਾ ਗਿਆ, ਦੇਸ਼ ਦੀ ਵੰਡ ਹੋ ਗਈ। ਅਤੇ ਪਿਆਰੇ ਆਪ ਜੀ ਜਾਣਦੇ ਹੋ, ਐਸਾ ਪਾਣਾ ਉਸ ਵਕਤ ਵਰਤਿਆ ਸੀ ਕਿ ਇੱਕ ਬੱਸ ਲਾਰੀ ਭਰੀ ਹੋਈ ਗੁਰਪਾਈ ਵੀ ਅਤੇ ਹੋਰ ਵੀ ਉਸ ਬਹੁਤ ਸਨ ਜਦੋਂ ਦੇਸ਼ ਦੀ ਵੰਡ ਹੋਈ ਸੀ। ਅਤੇ ਉੱਥੇ ਰਸਤੇ 'ਚ ਮਾਰ ਕਾਟ ਹੋਈ ਅਤੇ ਉਸ ਵਿੱਚ ਕਈ ਗੁਰਪਾਈ ਸਾਡੇ ਸ਼ਹੀਦ ਹੋ ਗਏ, ਜਿਸ ਵਿੱਚ ਬਲਰਾਜ ਸ਼ਾਹ ਜੀ, ਪੁਟਾਨੀ, ਮੋਤੀ ਰਾਮ ਸ਼ਾਹ ਜੀ, ਇਹਨਾਂ ਦੀ ਭੈਣ, ਉਹ ਵੀ ਚਲਾਣਾ ਕਰ ਗਏ, ਹੋਰ ਵੀ ਗੁਰਸਿੱਖ ਦੇ ਨਾਲ ਬਲਰਾਜ ਸ਼ਾਹ ਸਚਦੇਵ ਦੀ, ਇਹਨਾਂ ਦੇ ਵੱਡੇ ਭਰਾ ਜਿਹੜੇ ਸਨ ਉਹ ਵੀ ਪਿਆਰਿਓ ਉਸ ਬੱਸ ਵਿੱਚ ਸ਼ਹੀਦ ਹੋ ਗਏ। ਹੁਣ ਉਹਨਾਂ ਦੇ ਬੱਚੇ ਸਨ ਬੜੇ ਛੋਟੇ ਛੋਟੇ, ਧਿਆਨ ਦੇਣਾ, ਅੱਜ ਅਸੀਂ ਉਹਨਾਂ ਗੁਰਸਿੱਖਾਂ ਨੂੰ ਯਾਦ ਕਰ ਰਹੇ ਹਾਂ। ਕਿਤਨਾ ਪੁਰਾਣਾ ਸਮਾਂ ਹੋ ਗਿਆ, ਪਰ ਵੇਖੋ ਅੱਜ ਭਰਾ ਭਰਾ ਰਹਿੰਦੇ, ਆਹਮਣੇ ਸਾਹਮਣੇ ਪਤਾ ਹੀ ਨਹੀਂ ਆਉਂਦਾ ਉਸਦੇ ਬੱਚੇ ਕਿੱਥੇ ਜਾ ਰਹੇ ਨੇ, ਕੀ ਹੋ ਰਿਹਾ ਹੈ, ਸਮਾਂ ਇਤਨਾ ਬਦਲਾਅ ਖਾ ਚੁੱਕਿਆ। ਪਰ ਪੁਰਾਣੇ ਗੁਰਸਿੱਖਾਂ ਦਾ ਪਿਆਰ ਵੇਖੋ ਕਿ ਬਲਰਾਜ ਸ਼ਾਹ ਸਚਦੇਵ ਜੀ ਨੇ ਵੇਖਿਆ ਮੇਰਾ ਭਰਾ ਤਾਂ ਬੱਸ ਵਿੱਚ ਸ਼ਹੀਦ ਹੋ ਗਿਆ, ਅਤੇ ਉਹਨਾਂ ਦੇ ਜਿਹੜੇ ਬੱਚੇ ਸਨ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਪਾ ਲਿਆ। ਸਾਥ ਕਿਸਨੇ ਦਿੱਤਾ? ਮਾਤਾ ਦਇਆ ਕੌਰ ਜੀ ਨੇ। ਜੇ ਘਰਵਾਲੀ ਸਾਥ ਨਾ ਦਿੰਦੀ, ਕਹਿੰਦੀ ਤੁਹਾਨੂੰ ਕੀ ਲੋੜ ਹੈ, ਆਪਣੇ ਬੱਚੇ ਗਰੀਬ, ਸਮਾਂ ਐਸਾ ਸੀ ਕਿ ਉਹਨਾਂ ਨੂੰ ਪਾ ਲਈਏ ਕਿ ਆਪਣੇ ਪਾ ਲਈਏ, ਉਹਨਾਂ ਨੇ ਵੀ ਸਾਥ ਦਿੱਤਾ। ਕਹਿਣ ਲੱਗੇ ਨਹੀਂ, ਸਾਡੇ ਭਰਾ ਦੇ ਬੱਚੇ ਹਨ ਪਿਆਰੇ, ਉਹ ਸਿਰਫ ਪਾਲਿਆ ਹੀ ਨਹੀਂ, ਉਹਨਾਂ ਬੱਚਿਆਂ ਨੂੰ ਵੱਡਾ ਕੀਤਾ, ਉਹਨਾਂ ਦੀ ਪੜ੍ਹਾਈਆਂ ਕਰਾਈਆਂ, ਉਹਨਾਂ ਦੇ ਵਿਆਹ ਕਰਾਏ ਬਲਰਾਜ ਸ਼ਾਹ ਸਚਦੇਵ ਜੀ ਨੇ। ਉਹਨਾਂ ਬੱਚਿਆਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਸਾਡੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ, ਉਹ ਇਹਨਾਂ ਨੂੰ ਹੀ ਪਿਤਾ ਕਰਕੇ ਜਾਣਿਆ। ਉਹਨਾਂ ਦੇ ਬੱਚਿਆਂ ਅਤੇ ਬੱਚਿਆਂ ਨੂੰ ਵੀ ਪਿਆਰਿਓ ਬਲਰਾਜ ਸ਼ਾਹ ਜੀ ਨੇ ਪਿਆਰ ਦਿੱਤਾ, ਐਸੇ ਸਨ। ਅਤੇ ਜਦੋਂ ਵੱਡਾ ਹੁੰਦੇ ਰਹੇ, ਸਮੇਂ ਹੁੰਦੇ ਰਹੇ, ਫਿਰ ਇੱਥੇ ਦਿੱਲੀ ਆ ਗਏ, ਵੰਡ ਹੋ ਗਈ ਸਾਰੀ, ਅਤੇ ਇਹ ਪਰਿਵਾਰ ਝਾਂਸੀ ਆ ਕੇ ਇੱਥੇ ਬਲਰਾਜ ਸ਼ਾਹ ਜੀ ਨਿਵਾਸ ਕੀਤਾ। ਅਤੇ ਮਾਤਾ ਜੀ ਨਾਲ ਉਹੀ ਪਿਆਰ, ਸੰਤ ਮਾਤਾ ਸਰੂਪ ਕੌਰ ਜੀ ਨੇ ਬੱਚਿਆਂ ਦੇ ਨਾਮ ਰੱਖੇ, ਮਾਤਾ ਪਰਮੇਸ਼ਰੀ ਜੀ ਨੇ
ਸਾਰੀ ਬੱਚਿਆਂ ਦੀ ਦੇਖਭਾਲ ਕੀਤੀ ਅਤੇ ਸਮਾਂ ਬੀਤਦਾ ਗਿਆ, ਪਰ ਉਹ ਪਿਆਰ ਇਸ ਪਰਿਵਾਰ ਨੂੰ ਮਿਲਦਾ ਰਿਹਾ। ਅਤੇ ਜਦੋਂ ਸਨੇਹ ਕਾਂਤ ਜੀ ਵੱਡੇ ਹੋਏ ਅਤੇ ਇਹ ਆਉਂਦੇ ਸਨ ਸੰਤ ਮਾਤਾ ਜੀ ਕੋਲ, ਅਤੇ ਮਾਤਾ ਜੀ ਕਹਿੰਦੇ ਸਨ ਕਿੱਥੇ ਵੀ ਜਾਣ ਦੀ ਲੋੜ ਨਹੀਂ, ਬਲਰਾਜ ਸ਼ਾਹ ਤੂੰ ਸਾਡੇ ਕੋਲ ਆ ਕੇ ਰੁਕਿਆ ਕਰ, ਮੈਂ ਤੈਨੂੰ ਸਾਹਿਬਾਂ ਦੀ ਕਮੀਜ਼ ਵੀ ਦਿਆਂਗੀ, ਸਭ ਬਨਿਆਨ ਹੋਰ ਤੈਨੂੰ ਚਾਹੀਦਾ, ਸਭ ਕੁਝ ਦੇ। ਸਤਿਗੁਰ ਸੇਵਾ ਰਾਮ ਜੀ ਦਾ ਹੀ ਬੜਾ ਪਿਆਰ ਸੀ ਇਹ ਕੰਮ ਦੇ ਸਿਲਸਿਲੇ 'ਚ ਆਉਣਾ। ਅਤੇ ਮਾਤਾ ਜੀ ਕਹਿੰਦੇ ਸਨ ਜਾਂ ਫੋਨ ਕਰਦੇ ਆਪਣੇ ਰਿਸ਼ਤੇਦਾਰਾਂ ਨੂੰ ਕਿ ਮੈਂ ਇੱਥੇ ਹੀ ਰੁਕਾਂਗੀ। ਐਸਾ ਪਿਆਰ ਉਹਨਾਂ ਨੇ ਦਿੱਤਾ। ਅਤੇ ਫਿਰ ਮਾਤਾ ਜੀ ਨੇ ਜੋ ਵੇਖਿਆ ਕਹਿਣ ਲੱਗੇ, ਬਲਰਾਜ ਸ਼ਾਹ ਸਾਡਾ ਚਿੱਤ ਕਰਦੇ ਕਿ ਸਾਡੀ ਬੱਚੀ ਹੁਣ ਤੇਰੇ ਘਰ ਵਿੱਚ ਜਾ ਕੇ ਸੇਵਾ ਕਰੇ। ਉਹ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਮਾਤਾ ਜੀ ਮੈਂ ਤਾਂ ਕਿਸੇ ਲਾਇਕ ਨਹੀਂ, ਆਪ ਜੀ ਨੇ ਮੈਨੂੰ ਇਸ ਤਰ੍ਹਾਂ ਸਮਝਿਆ, ਮੇਰੇ ਤਾਂ ਬੱਚੇ ਸਭ ਇਸੀ ਪਰਿਵਾਰ ਵਿੱਚ ਵੱਡੇ ਹੋਏ ਨੇ, ਉਹਨਾਂ ਨੂੰ ਐਸਾ ਪਿਆਰ ਮਿਲਿਆ ਹੈ। ਕਹਿਣ ਲੱਗੇ ਮੇਰੇ ਧੰਨ ਭਾਗ ਹਨ ਜੇ ਆਪ ਜੀ ਦੀ ਬੱਚੀ ਸਾਡੀ ਲਵਲੀ ਦੀਦੀ ਕਿ ਮੇਰੇ ਘਰ 'ਚ ਆਵਣ, ਭਾਵੇਂ ਦੀਦੀ ਜੀ ਦਾ 4 ਸਾਲ ਹੀ ਮੇਲ ਰਿਹਾ ਬਲਰਾਜ ਸ਼ਾਹ ਜੀ ਸਚਦੇਵ ਨਾਲ, ਪਰ ਇਤਨਾ ਸੁਭਾਅ ਖਰਾ ਉਹਨਾਂ ਦਾ, ਇਤਨੇ ਮਿੱਠ ਬੋਲੜੇ, ਔਰ ਇਤਨੇ ਜਿਸ ਤਰ੍ਹਾਂ ਮੋਤੀ ਰਾਮ ਸ਼ਾਹ ਜੀ ਬਲਰਾਜ ਸ਼ਾਹ ਜੀ ਮਦਦ ਕਰਿਆ ਕਰਦੇ ਸਨ ਨਾ ਸਾਰਿਆਂ ਦੀ, ਕਿਸੇ ਦਾ ਝਗੜਾ ਹੋਇਆ ਲੈ ਸਾਡੀ ਜੇਬ ਵਿੱਚੋਂ ਪੈਸੇ ਲੈ ਲਏ ਪਰ ਆਪਸ ਵਿੱਚ ਝਗੜੋ ਨਾ, ਪਰਉਪਕਾਰੀ ਸੁਭਾਅ ਸੀ। ਉਹੀ ਬਲਰਾਜ ਸ਼ਾਹ ਸਚਦੇਵ ਜੀ ਇੱਕ ਵਾਰ ਆਏ, ਵੇਖਿਆ ਸਤਿਗੁਰ ਸੇਵਾ ਰਾਮ ਜੀ ਨੂੰ ਕਿ ਮਹਾਰਾਜ ਜੀ ਸਾਈਕਲ 'ਤੇ ਜਾਂਦੇ ਹਨ ਇੰਨੀ ਇੰਨੀ ਦੂਰ, ਬਾੜਾ ਹਿੰਦੂ ਰਾਓ ਸਾਰਾ ਕੰਮ ਜਿਨ੍ਹਾਂ ਨੇ ਵੇਖਿਆ ਸਤਿਗੁਰ ਸੇਵਾ ਰਾਮ ਜੀ। ਕਹਿਣ ਲੱਗੇ ਬਈ ਇਹ ਗੱਲ ਤਾਂ ਚੰਗੀ ਨਹੀਂ, ਉਸ ਵਕਤ ਕਾਰਾਂ 'ਤੇ ਬੜੀ ਦੂਰ ਦੀ ਗੱਲ ਹੈ, ਸਕੂਟਰ ਵੀ ਨਹੀਂ ਹੁੰਦਾ ਸੀ ਕਿਸੇ ਕੋਲ, ਸਕੂਟਰ ਵੀ ਜੇ ਬੁੱਕ ਕਰਾਉਣਾ ਹੋਵੇ ਤਾਂ 6-6 ਸਾਲ 'ਚ ਨੰਬਰ ਆਉਂਦਾ ਸੀ। ਜਿਨ੍ਹਾਂ ਨੇ ਵੇਖਿਆ ਹੋਵੇ ਮਹਾਰਾਜ ਜੀ ਲਮਲੇਟਾ ਚਲਾਉਂਦੇ ਸਨ, ਅਤੇ ਉਹ ਸਕੂਟਰ ਕਿਹਨਾਂ ਨੇ ਬੁੱਕ ਕਰਾਏ ਸੀ, ਮੋਤੀ ਇਹਨਾਂ ਨੇ ਬਲਰਾਜ ਸ਼ਾਹ ਸਚਦੇਵ ਜੀ ਨੇ, ਇਹ ਚਾਂਸੀ ਹੀ ਸਕੂਟਰ ਬੁੱਕ ਕਹਿੰਗੇ ਲੈ ਮਹਾਰਾਜ ਜੀ ਇਹ ਸਕੂਟਰ ਮੈਂ ਨਹੀਂ ਚਲਾਵਾਂਗਾ, ਆਪ ਜੀ ਮਾਲਕ ਹੋ ਕੇ ਤਾਂ ਇਤਨੀ ਮਿਹਨਤ ਕਰਦੇ ਹੋ, ਇਸ ਸਾਈਕਲ 'ਤੇ ਆਉਣਾ ਜਾਣਾ ਨਹੀਂ, ਆਪ ਜੀ ਕੋਲ ਸਕੂਟਰ ਹੋਣਾ ਚਾਹੀਦਾ। ਕਹਿਣ ਲੱਗੇ ਨਹੀਂ ਤੁਹਾਡਾ ਸਕੂਟਰ ਹੈ ਤੁਹਾਡਾ ਨੰਬਰ, ਕਹਿਣ ਲੱਗੇ ਨਹੀਂ ਸਾਹਿਬ ਮਹਾਰਾਜ ਜੀ ਝਾਂਸੀ ਗਏ ਸਨ ਸਕੂਟਰ ਲੈਣ ਵਾਸਤੇ, ਜਿਨ੍ਹਾਂ ਨੇ ਵੇਖਿਆ ਲਮਲੇਟਾ ਸਕੂਟਰ ਸਾਹਿਬ ਮਹਾਰਾਜ ਜੀ ਚਲਾਉਂਦੇ ਸਨ। ਇਹ ਗੁਰਸਿੱਖ ਦਾ ਪਿਆਰ ਸੀ ਬਲਰਾਜ ਸਾਹਿਬ ਸਚਦੇਵ ਜੀ ਦਾ। ਕਹਿਣ ਲੱਗੇ ਮਹਾਰਾਜ ਜੀ ਮੇਰਾ ਕੀ, ਮੈਂ ਭਾਵੇਂ ਗੁਜ਼ਾਰਾ ਕਿਉਂਕਿ 6-6 ਸਾਲ ਨੰਬਰ ਨਹੀਂ ਆਉਂਦਾ ਸੀ। ਕਹਿਣ ਲੱਗੇ ਨਹੀਂ ਤੁਹਾਡੇ ਕੋਲ ਹੋਣਾ ਚਾਹੀਦਾ। ਉਹ ਪਿਆਰ ਦੀ ਸਾਂਝ ਬਣੀ ਰਹੀ ਅਤੇ ਪਿਆਰਿਓ ਸਮਾਂ ਆ ਗਿਆ ਸੰਨ 84 ਦਾ, ਜਦੋਂ ਬਲਰਾਜ ਸ਼ਾਹ ਸਚਦੇਵ ਜੀ ਦਾ ਐਕਸੀਡੈਂਟ ਹੋਇਆ ਅਤੇ ਉਨੀ ਬੜੇ ਜ਼ਖਮੀ ਹੋ ਗਏ, ਹੋਸਪਿਟਲ 'ਚ ਵੀ ਦਾਖਲ ਹੋਏ ਅਤੇ ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ ਆਪ ਝਾਂਸੀ ਉਹਨਾਂ ਨੂੰ ਵੇਖਣ ਲਈ ਗਏ। ਵੇਖਣ ਗਏ, ਹਸਪਤਾਲ ਗਏ ਅਤੇ ਪਰਿਵਾਰ ਕਹਿਣ ਲੱਗਾ ਮਹਾਰਾਜ ਜੀ ਇਹਨਾਂ ਨੂੰ ਕਦੀ ਜ਼ਿੰਦਗੀ 'ਚ ਬੁਖਾਰ ਵੀ ਨਹੀਂ ਹੋਇਆ, ਜ਼ਿੰਦਗੀ 'ਚ ਕਦੀ ਬੁਖਾਰ ਨਹੀਂ ਹੋਇਆ, ਡਾਕਟਰ ਕੋਲ ਨਹੀਂ ਗਏ, ਹਮੇਸ਼ਾ ਹੱਸਦੇ ਖੇਡਦੇ ਸੁਭਾਅ, ਬੜੇ ਹੀ ਪਵਿੱਤਰ ਜੀਵਨ ਵਾਲੇ, ਅਤੇ ਇਹ ਦੁੱਖ ਹੁਣ ਮੰਜੇ 'ਤੇ ਪੈ ਗਏ ਅਤੇ ਇਹ ਤਾਂ ਬੜਾ ਵੱਡਾ ਭਾਰੀ ਦੁੱਖ ਹੈ, ਆਪ ਜੀ ਜਿਸ ਤਰ੍ਹਾਂ ਠੀਕ ਸਮਝਦੇ ਹੋ ਇਹ ਦੁੱਖ ਨਾ ਪਾਵਾਂ।
ਸਤਿਗੁਰ ਸੇਵਾ ਰਾਮ ਸੱਚੇ ਪਾਤਸ਼ਾਹ ਜੀ ਆਪ ਮਾਲਕ ਸਨ, ਕਿਉਂਕਿ ਇੱਥੇ ਲਿਖਿਆ ਨਾ ਕਿ ਪਿਆਰਿਓ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਅਸਾਂ ਨੇ ਮਰਨੇ ਕੋਲੋਂ ਡਰਨਾ ਨਹੀਂ, ਸਿਰਫ ਚੇਤੇ ਰੱਖਣਾ ਹੈ। ਗੁਰਸਿੱਖ ਨਾਮ ਜਪਣ ਵਾਲੇ ਨੇ ਯਾਦ ਰੱਖਣਾ ਹੈ ਕਿ ਹਾਂ ਮੇਰੇ 'ਤੇ ਸਮਾਂ ਆਏਗਾ ਅਤੇ ਮੈਨੂੰ ਆਪਣੇ ਸਤਿਗੁਰਾਂ ਨੂੰ ਯਾਦ ਕਰਨਾ ਚਾਹੀਦਾ। ਅਤੇ ਫਿਰ ਕਹੋ ਨਾਨਕ ਸੋਭਾ ਸੰਗ ਜਾਓ ਪਾਰ ਬ੍ਰਹਮ ਕੇ ਦੁਆਰੇ। ਸੋਭਾ ਨਾਲ ਤਾਂ ਜਾਵਾਂਗੇ ਜੇ ਸਾਡੇ ਪੱਲੇ ਕੁਝ ਹੋਵੇਗਾ। ਇੱਧਰ ਵੀ ਕੁਝ ਪੱਲੇ ਹੋਵੇ ਤਾਂ ਸ਼ੋਭਾ ਆਉਂਦੀ ਹੈ ਨਾ, ਪਰ ਇਹ ਸ਼ੋਭਾ ਚਾਰ ਦਿਹਾੜੇ ਦੀ, ਮਾਇਆ ਦੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਈ। ਮਾਇਆ ਚਲੀ ਜਾਵੇ ਰੰਗ ਕਾਲਾ ਪੈ ਜਾਂਦਾ, ਇੱਥੇ ਆਉਂਦੀ ਜਾਂਦੀ ਦੇ ਨਾਮ ਹੀ ਦੋ ਲੱਤ ਹਨ। ਇੱਕ ਲੱਤ 'ਤੇ ਤਾਂ ਪੈਂਦੀ ਜਦੋਂ ਮਾਇਆ ਆਉਂਦੀ ਹੈ ਨਾ ਬੰਦਾ ਆਫਰ ਜਾਂਦਾ, ਅਤੇ ਇੱਕ ਲੱਤ ਤਾਂ ਪੈਂਦੀ ਹੈ ਜਦੋਂ ਮਾਇਆ ਜਾਂਦੀ ਹੈ। ਫਿਰ ਪਿਆਰੇ ਗੁਰਸਿੱਖ ਇਹਨਾਂ ਚੀਜ਼ਾਂ ਤੋਂ ਉੱਚੇ ਆਉਂਦੇ ਹਨ। ਉਹ ਨਾਮ ਜਪਣ ਵਾਲੀ ਰੂਹ ਅਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦੋ ਦਿਨ ਜਾਂ ਕੁਝ ਦਿਨ ਬੀਤੇ ਸਨ, ਪਰ ਰਾਜਸ਼ਾਹ ਸਚਦੇਵ ਜੀ ਜਿਨ੍ਹਾਂ ਦੇ ਅੱਜ ਪਿਆਰ ਵਿੱਚ ਬੈਠਿਆਂ ਉਹ ਸਰੀਰ ਛੱਡ ਗਏ, ਦੁੱਖ ਨਹੀਂ ਪਾਇਆ। ਕਹਿਣ ਲੱਗੇ ਮਹਾਰਾਜ ਜੀ ਉਹਨਾਂ ਨੂੰ ਕਦੀ ਜ਼ਿੰਦਗੀ 'ਚ ਬੁਖਾਰ ਨਹੀਂ ਹੋਇਆ, ਮੰਜੇ 'ਤੇ ਕਦੀ ਨਹੀਂ ਲੇਟੇ। ਅਤੇ ਐਸਾ ਇਨਸਾਨ ਜਿਸ ਨੇ ਸਾਰੀ ਉਮਰ ਫਿਰ ਸੰਗਤ ਮਿਲੀ ਮੋਤੀ ਰਾਮ ਸ਼ਾਹ ਜੀ ਬਲਰਾਜ ਸ਼ਾਹ ਭੁਟਾਨੀ ਜੀ ਦੀ, ਇਹ ਸਾਰਾ ਪਰਿਵਾਰ ਤਾਂ ਤੋਂ ਹੀ ਪਿਆਰ ਮਿਲ ਰਿਹਾ ਹੈ। ਅਤੇ ਜਦੋਂ ਚਲਾਣਾ ਕੀਤਾ ਅਤੇ ਸਾਹਿਬ ਮਹਾਰਾਜ ਜੀ ਆਪ ਬਤਰਾ ਜੀ ਰਾਗਾ ਜੀ ਮਨਾ ਕਰਦੇ ਕਰਦੇ ਵੀ ਪੰਜਾਹ ਸਰੀਰ ਝਾਂਸੀ ਪਹੁੰਚ ਗਏ। ਮਨਾ ਕੀਤਾ ਸੀ ਵੀ ਸੰਗਤ ਨਾ ਜਾਏ, ਪਰ ਗੁਰਸਿੱਖ ਦਾ ਇਤਨਾ ਪਿਆਰ ਔਰ ਸਾਹਿਬ ਮਹਾਰਾਜ ਜੀ ਦੀ ਇਤਨੀ ਬਖਸ਼ਿਸ਼, ਇਹ ਪੁਰਾਣੀ ਸਾਂਝ ਸੀ ਜੋ ਸਤਿਗੁਰਾਂ ਨੇ ਤੋੜ ਨਿਭਾਈ। ਅਤੇ ਆਪ ਫਿਰ ਸੱਚੇ ਪਾਤਸ਼ਾਹ ਜੀ ਗਏ, ਆਪਣੇ ਹੱਥਾਂ ਨਾਲ ਸੰਸਕਾਰ ਵੀ ਕੀਤਾ ਬਲਰਾਜ ਸ਼ਾਹ ਸਚਦੇਵ ਜੀ ਦਾ, ਅਤੇ ਨਾਲ ਹੀ ਫਿਰ ਕੀਰਤਨ ਰਾਗਾ ਜੀ ਬਤਰਾ ਜੀ ਸਾਰੇ ਗੁਰਸਿੱਖ ਜਿਤਨੇ ਸਨ ਸਭ ਉੱਥੇ ਪਹੁੰਚੇ। ਅਤੇ ਬੜਾ ਸੋਹਣਾ ਕਹਿੰਦੇ ਨਾ ਸ਼ੋਭਾ ਦੇ ਨਾਲ ਗੁਰਸਿੱਖ ਨੂੰ ਭੇਜਣਾ, ਅਤੇ ਇਹ ਸਾਰਾ ਪ੍ਰੋਗਰਾਮ ਹੋਇਆ। ਅਤੇ ਫਿਰ ਮਾਤਾ ਜੀ ਦਾ ਕਿੰਨਾ ਕੋਈ ਪਿਆਰ ਉਹਨਾਂ ਨੇ ਪਾਇਆ ਇੱਥੇ ਜਦੋਂ ਵੀ ਆਉਂਦੇ ਸਨ। ਅਤੇ ਐਸੇ ਗੁਰਸਿੱਖ ਦੇ ਪਿਆਰ ਵਿੱਚ ਅਸੀਂ ਬੈਠੇ ਹਾਂ। ਸਤਿਗੁਰੂ ਕਿਰਪਾ ਕਰੇ, ਜਿਹੜਾ ਸਬਜੈਕਟ ਅਸਾਂ ਨੇ ਲਿੱਤਾ ਹੈ ਪਿਆਰਿਓ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ ਦਾਸ, ਪਹਿਲੇ ਵੀ ਇਸ ਚੀਜ਼ ਨੂੰ ਵਾਰ ਵਾਰ ਕਹਿ ਚੁੱਕਿਆ ਹੈ। ਲਿਖ ਲੈਣਾ ਇੱਕ ਕਾਗਜ਼ 'ਤੇ ਜੋ ਸਤਿਗੁਰਾਂ ਨੇ ਤੁਹਾਨੂੰ ਨਹੀਂ ਦਿੱਤਾ, ਤੁਹਾਡੇ ਮਨ 'ਚ ਗਿਲੇ ਸ਼ਿਕਵੇ ਹੋਣਗੇ, ਦੋ ਚਾਰ ਪੰਜ ਚੀਜ਼ਾਂ ਹੋਣਗੀਆਂ। ਹੋ ਸਕਦਾ ਜ਼ਿੰਦਗੀ 'ਚ ਵੀ ਮੈਨੂੰ ਘਰ ਨਹੀਂ ਮਿਲਿਆ, ਬੱਚਾ ਨਹੀਂ ਮਿਲਿਆ, ਇਹ ਨਹੀਂ ਹੋਇਆ, ਨੌਕਰੀ ਨਹੀਂ ਮਿਲੀ, ਦੋ ਚਾਰ ਪੰਜ ਜ਼ਿੰਦਗੀ 'ਚ ਆਉਂਦੀਆਂ ਹਨ। ਫਿਰ ਜਦੋਂ ਲਿਖਣੇ ਬੈਠੋਗੇ ਨਾ ਕੀ ਦਿੱਤਾ ਹੈ, ਤਾਂ ਤੁਹਾਡਾ ਸਿਰ ਝੁੱਕ ਜਾਏਗਾ ਆਪਣੇ ਸਤਿਗੁਰਾਂ ਦੇ, ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ। ਸਭ ਤੋਂ ਪਹਿਲੇ ਤਾਂ ਸਾਨੂੰ ਆਪਣਾ ਬਣਾਇਆ, ਯਕੀਨ ਕੀਤਾ ਸਾਡੇ 'ਤੇ ਕਿ ਸਤਿਗੁਰਾਂ ਨੇ ਸਾਨੂੰ ਆਪਣਾ ਬਣਾਇਆ, ਨਾਮ ਦਿੱਤਾ। ਫਿਰ ਕੀ ਸੀ, ਸਾਡੇ ਬਜ਼ੁਰਗ ਕੀ ਲੈ ਕੇ ਆਏ ਸਨ, ਯਾਦ ਕਰੋ, ਜਿਹੜੇ ਪਾਕਿਸਤਾਨ ਤੋਂ ਆਏ ਸਨ, ਦੋ ਜੋੜਿਆਂ 'ਚ ਆਏ ਸਨ। ਅਤੇ ਫਿਰ ਇੱਥੇ ਸਭ ਮਹਾਰਾਜ ਜੀ ਦੀ ਅੱਜ ਬਖਸ਼ਿਸ਼ਾਂ ਹਨ। ਇਹ ਜਿਤਨੇ ਅਸੀਂ ਸੁੱਖ ਮਾਣ ਰਹੇ ਹਾਂ, ਆਨੰਦ ਲੈ ਰਹੇ ਹਾਂ, ਇਹ ਸਭ ਪਿਆਰਿਓ, ਬਸ ਇੱਕੋ ਹੀ ਚੀਜ਼ ਹੈ ਕਿ ਅਸੀਂ ਆਪਣਾ ਨਿਤਨੇਮ ਨਾ ਭੁੱਲੀਏ, ਉਸ ਮਾਲਕ ਦਾ ਸਵਾਸ ਸਵਾਸ ਸ਼ੁਕਰਾਨਾ ਕਰੀਏ।
ਬਸ ਇਹੀ ਅਰਦਾਸ ਕਰਨੀ ਹੈ। ਆਓ, ਪਾਠਾਂ ਦੀ ਸਮਾਪਤੀ ਵੀ ਹੈ, ਦੋ ਤੁੱਕਾ ਪੜ੍ਹੀਏ ਅਤੇ ਨਾਲ ਸਮਾਪਤੀ ਕਰੋ। ਅਰਦਾਸ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ, ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇ। ਕਰ ਲਓ ਅਰਦਾਸ ਦੋ ਤੁੱਕਾ ਪੜ੍ਹ ਕੇ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ, ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਵਿਸਰ ਨਹੀਂ ਦਾਤਾ ਆਪਣਾ ਨਾਮ ਦਿਓ, ਵਿਸਰ ਨਹੀਂ ਦਾਤਾ ਆਪਣਾ ਨਾਮ। ਕਰੋ ਅਰਦਾਸ ਵਿਸਰ ਨਹੀਂ ਦਾਤਾ ਆਪਣਾ ਨਾਮ ਦਿਓ, ਵਿਸਰ ਨਹੀਂ ਦਾਤਾ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਵਿਸਰ ਨਹੀਂ ਦਾਤਾ ਆਪਣਾ ਨਾਮ ਦਿਓ, ਵਿਸਰ ਨਹੀਂ ਦਾਤਾ ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਅੱਜ ਇਹ ਦਾਤ ਚੋਲੀ 'ਚ ਪਾ ਕੇ ਲੈ ਜਾਈਏ। ਜੋ ਅਰਦਾਸ ਬਲਰਾਜ ਸ਼ਾਹ ਜੀ ਕਰਦੇ ਸਨ, ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ, ਉਸਨੇ ਸਾਨੂੰ ਨਹੀਂ ਵਿਸਾਰਿਆ, ਦਿਮਾਗ 'ਚੋਂ ਕੱਢ ਦੇਣ, ਅਸੀਂ ਭੁੱਲੇ ਪਏ ਹਾਂ ਪਿਆਰਿਓ। ਅਸੀਂ ਜਦੋਂ ਬਹੁਤ ਖੁਸ਼ੀ 'ਚ ਆ ਜਾਂਦੇ ਹਾਂ, ਮੋਹ ਮਾਇਆ 'ਚ ਮਸਤੀ 'ਚ ਆ ਜਾਂਦੇ ਹਾਂ ਨਾ, ਫਿਰ ਸਾਨੂੰ ਸਭ ਨਿਤਨੇਮ, ਕਾਰ ਵਿਆਹ ਸ਼ਾਦੀ ਹੋਵੇ ਕੁਝ ਹੋਵੇ, ਅਸੀਂ ਭੁੱਲ ਜਾਂਦੇ ਹਾਂ ਸਵੇਰੇ ਦਾ ਨਿਤਨੇਮ, ਸ਼ਾਮੀ ਦਾ ਰਹਿਰਾਸ। ਆਪਣਾ ਨਿਤਨੇਮ ਆਪ ਚੈੱਕ ਕਰਿਆ ਕਰੋ, ਅੱਜ ਮੇਰਾ ਨਿਤਨੇਮ ਹੋਇਆ, ਅੱਜ ਮੈਂ ਪਾਠ ਕੀਤਾ, ਰਾਤੀ ਸੌਣ ਵੇਲੇ ਕੀਰਤਨ ਸਵੇਲਾ ਪੜ੍ਹਿਆ। ਇਹ ਸਾਰੀ ਚੀਜ਼ਾਂ ਆਪ ਹੀ ਚੈੱਕ ਕਰਨੀਆਂ, ਸਾਰੇ ਦਿਨ 'ਚ ਮੇਰੇ ਕੋਲ ਕਿਤਨੇ ਗੁਨਾਹ ਹੋਏ, ਕਿਸ ਕਿਸ ਦਾ ਮੈਂ ਮਾੜਾ ਕੀਤਾ। ਇਹਦੇ ਨਾਲ ਆਪਣੇ ਗੁਨਾਹਾਂ ਨੂੰ ਯਾਦ ਕਰਕੇ ਰਾਤੀ ਸੋਇਆ ਕਰ, ਸੋਇਆ ਅਤੇ ਮੋਇਆ ਇੱਕ ਬਰਾਬਰ ਹੁੰਦੇ, ਕੀ ਪਤਾ ਸਵੇਰੇ ਉੱਠਣਾ ਨਹੀਂ ਉੱਠਣਾ। ਅਤੇ ਗੁਰੂ ਮਹਾਰਾਜ ਕੋਲ ਹੱਥ ਦੇ ਹੱਥ ਮਾਫ਼ੀ ਮੰਗ ਲਿਆ ਕਰ, ਅਰਦਾਸ ਸੁਹੇਲਾ ਪੜ੍ਹ ਕੇ, ਅਰਦਾਸ ਕਰਕੇ ਸੱਚੇ ਪਾਤਸ਼ਾਹ। ਬਸ ਸੋ ਰਿਹਾ ਹਾਂ, ਉੱਠ ਗਿਆ ਸਵੇਰੇ ਤਾਂ ਫਿਰ ਉੱਠਦੇ ਹੀ ਪੈਰ ਸੱਚੇ ਪਾਤਸ਼ਾਹ ਸ਼ੁਕਰ ਹੈ, ਧੰਨ ਸਤਿਗੁਰੂ ਤੂੰ ਨੇ ਅੱਜ ਦਾ ਦਿਨ ਹੋਰ ਦਿੱਤਾ, ਇਹ ਕੋਟ ਕੋਟ ਤੇਰਾ ਸ਼ੁਕਰ ਹੈ। ਬਸ ਇਹੀ ਹਰ ਵਕਤ ਸ਼ੁਕਰਾਨਾ, ਬਸ ਉਹ ਵਿਸਰੇ ਨਾ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ। ਪਿਆਰੇ ਆਓ, ਇਹ ਸਹਿਜ ਪਾਠਾਂ ਦੀ ਭੋਗ ਪੈ ਰਹੇ ਹਨ। ਬਲਰਾਜ ਸ਼ਾਹ ਸਚਦੇਵ ਪਿਤਾ ਸਨੇਹ ਖਾਨ ਜੀ ਸਚਦੇਵ, ਇਹ 40ਵੀਂ ਸਲਾਨਾ ਯਾਦ ਵਿੱਚ ਇਹ ਭੋਗ, ਇੱਕ ਸਹਿਜ ਪਾਠ ਦਾ ਭੋਗ ਜਸਵੰਤ ਕੌਰ ਲੁਗਿਆਣੀ, ਪਤਨੀ ਸਵਰਗੀ ਮੋਹਨ ਲਾਲ ਲੁਗਿਆਣੀ ਦੀ ਮਹੀਨੇ ਦੀ ਯਾਦ ਵਿੱਚ ਇਹ ਪਰਿਵਾਰ ਵੱਲੋਂ ਪੈ ਰਿਹਾ ਹੈ। ਇੱਕ ਸਹਿਜ ਪਾਠ ਦਾ ਭੋਗ
ਮਦਨ ਸਿੰਘ ਅਤੇ ਗੁਰਪ੍ਰੀਤ ਕੌਰ ਪਾਕਿਸਤਾਨ ਵੱਲੋਂ। ਇਸ ਸਹਿਜ ਪਾਠਾਂ ਦੇ ਭੋਗ ਦੇ ਨਾਲ ਹੀ ਗੁਰੂ ਉਪਦੇਸ਼ ਤੇ ਆਨੰਦ ਸਾਹਿਬ ਦਾ ਪਾਠ।